ਅਜ਼ਰਾ ਚੱਜਦਾ ਵਿਚਾਰ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਰਵਰਨ ਸਿੰਘ ਟੈਣਾ ਤੁਸੀਂ ਦੇਖ ਰਹੇ ਹੋ ਪ੍ਰਾਈਮ ਮਿਸ਼ਰ ਟੀਵੀ ਤੇ ਹਰ ਰੋਜ਼ ਦੀ ਤਰ੍ਹਾਂ ਹੀ ਪ੍ਰੋਗਰਾਮ ਚੱਜਦਾ ਵਿਚਾਰ ਇੱਕ ਵਾਰ ਫਿਰ ਪੇਸ਼ ਕਰਨਾ ਵੇਲਾ ਹੋ ਚੱਲਿਆ ਹਰ ਰੋਜ਼ ਦੀ ਤਰ੍ਹਾਂ ਹੀ ਹਰਮਨ ਸਿੰਘ ਜੀ ਨਾਲ ਨੇ ਪਰ ਇੱਕ ਚੱਜਦਾ ਵਿਚਾਰ ਮੈਨੂੰ ਪਹਿਲਾਂ ਫੁਰਿਆ ਇਹ ਗੌਰ ਨਾਲ ਸੁਣਿਓ ਕਿ ਅਫਵਾਹਾਂ ਨਫ਼ਰਤ ਕਰਨ ਵਾਲਿਆਂ ਵੱਲੋਂ ਬਣਾਈਆਂ ਜਾਂਦੀਆਂ ਹਨ ਅਫਵਾਹਾਂ ਨਫ਼ਰਤ ਕਰਨ ਵਾਲਿਆਂ ਵੱਲੋਂ ਬਣਾਈਆਂ ਜਾਂਦੀਆਂ ਹਨ ਮੂਰਖਾਂ ਦੇ ਵੱਲੋਂ ਫਲਾਈਆਂ ਜਾਂਦੀਆਂ ਹਨ ਤੇ ਬੇਵਕੂਫਾਂ ਦੇ ਵੱਲੋਂ ਉਹਨਾਂ ਨੂੰ ਸਵੀਕਾਰ ਕੀਤਾ ਜਾਂਦਾ ਹੈ। ਸੋ ਸਾਡੇ ਕੋਲੇ ਬਹੁਤ ਸਾਰੀਆਂ ਖਬਰਾਂ ਆਉਂਦੀਆਂ। ਬੜੀਆਂ ਅਫਵਾਹਾਂ ਫੈਲਦੀਆਂ। ਤੁਹਾਡੇ ਬਾਰੇ ਵੀ ਫੈਲਦੀਆਂ ਹੋਣੀਆਂ। ਕੋਈ ਪਾਸਾ ਜਾ ਵੱਟ ਕੇ ਕਿਵੇਂ ਲੰਘਦਾ ਹੋਣਾ। ਕੋਈ ਕਿਵੇਂ ਉੜਨੇ ਤੋਂ ਪੰਖਦੋ ਕੋ ਇਨ ਆਜ਼ਾਦ ਫਿਜ਼ਾਓਂ ਮੇਂ ਲੋਟ ਆਏਂਗੇ ਇੱਕ ਦਿਨ ਅਗਰ ਉਹ ਤੇਰੇ ਹੋਣਗੇ। ਜੇ ਇੱਕ ਹਿੱਦ ਰੰਗ ਟੰਗ ਜੇ ਬਦਲੇ ਆ। ਬਦਲੇ ਰਹਿਣ ਤੇ ਉਹਦੀ ਮਰਜ਼ੀ ਆ। ਪਹਿਲਾਂ ਕਰਦੇ ਸਵਾਗਤ। ਸਤਿ ਸ਼੍ਰੀ ਅਕਾਲ ਜਨਾਬ ਸਾਹਿਬ। ਕੀ ਹਾਲ ਨੇ? ਬਹੁਤ ਵਧੀਆ। ਚੜ੍ਹਦੀ ਕਲਾ ਆ ਲਈ ਚਾ ਗਏ ਹੋ ਆਇਆ ਚਾਹਦਾ ਵਿਚਾਰ ਕਾੜਾ ਆਇਆ ਸੀ ਲੱਗਦਾ ਆਇਆ ਸੀ ਤੇ ਆਪਾਂ ਪਹਿਲਾਂ ਮੌਸਮ ਦੀ ਹਾਲ ਬਿਆਨ ਨਹੀਂ ਕਰਦੇ ਹੀ ਮੌਸਮ ਪੰਜਾਬ ਦਾ ਜੀ ਠੀਕ ਹੈ ਹਾਲੇ ਤੱਕ ਤਾਂ ਠੀਕ ਹੈ ਬਾਬਾ ਮੇਰ ਕਰੇ ਠੀਕ ਹੀ ਰਵੇ ਫਸਲ ਆ ਜਿਹੜੀ ਕਣਕ ਆ ਜਿਹੜੀ ਉਹ ਮੰਡੀਆਂ ਦੇ ਵਿੱਚ ਬਹੁਤ ਵੱਡੇ ਪੱਧਰ ਦੇ ਉੱਤੇ ਆਉਣੀ ਸ਼ੁਰੂ ਹੋ ਗਈ ਆ ਤੇ ਜਦੋਂ ਕੋਈ ਇਹ ਲਿਖਦਾ ਨਾ ਪੱਤਰਕਾਰ ਕਿ ਭਾਰੀ ਮਾਤਰਾ ਦੇ ਵਿੱਚ ਉੱਥੇ ਲੋਕ ਹਾਜ਼ਰ ਸਨ ਮੈਂ ਕਹਿੰਦਾ ਤੋਲ ਕੇ ਵੇਖੇ ਸੀ ਵੱਡੀ ਗਿਣਤੀ ਵਿੱਚ ਕਿਆ ਕਰੋ ਭਾਰੀ ਮਾਤਰਾ ਦੇ ਵਿੱਚ ਤੋਲਣਯੋਗ ਚੀਜ਼ਾਂ ਹੁੰਦੀਆਂ ਮਨੁੱਖ ਨਹੀਂ ਹੁੰਦੇ ਭਾਰੀ ਮਾਤਰਾ ਚ ਵੀ ਭਾਈ 70 70 ਕਿਲੋ ਦੇ 5000 ਬੰਦੇ ਸਨ ਐ ਨਹੀਂ ਹੁੰਦਾ ਹੂੰ ਵੀ ਭਾਰੀ ਮਾਤਰਾ ਦੇ ਵਿੱਚ ਨਹੀਂ ਵੱਡੀ ਗਿਣਤੀ ਦੇ ਵਿੱਚ ਬੰਦੇ ਹੁੰਦੇ ਆ ਤੇ ਇਸ ਵੇਲੇ ਭਾਰੀ ਮਾਤਰਾ ਦੇ ਵਿੱਚ ਕਣਕ ਦੀ ਆਮਦ ਸ਼ੁਰੂ ਹੋ ਗਈ ਆ ਜੀ ਬਹੁਤ ਜ਼ਬਰਦਸਤ ਤਰੀਕੇ ਦੇ ਨਾਲ ਸ਼ੁਰੂ ਹੋ ਗਈ ਆ ਜੀ ਤੇ ਝਾਰ ਨਿਕਲੇ ਸੋਨਾ ਤੇ ਮੀਂਹ ਕਣੀ ਇਤਕੀ ਤੰਗ ਨਾ ਕਰੇ ਇਹਦੀ ਸੇ ਕਾਮਨਾ ਕਰਦੇ ਆ ਪਰ ਦੁਬਈ ਵਾਲੇ ਪਾਸੇ ਹੱਦ ਹੋ ਗਈ ਹਾਏ ਮੈਂ ਤਾਂ ਤਸਵੀਰਾਂ ਵੇਖ ਕੇ ਹੈਰਾਨ ਆ 30 ਸਾਲ ਪੁਰਾਣਾ ਰਿਕਾਰਡ ਟੁੱਟ ਗਿਆ ਮੈਨਾਂ ਦੁਬਈ ਦਾ 에어ਪੋਰਟ ਦੁਬਈ ਦੇ ਕਈ ਮਾਲ ਦੁਬਈ ਦੀ ਮੈਟਰੋ ਉਥੇ ਪਾਣੀ ਖੜਾ ਹੂੰ ਇੰਨਾ ਪਾਣੀ ਖੜਾ ਕਹਿੰਦੇ ਵੀ 30 ਸਾਲ ਦੇ ਵਿੱਚ ਇੰਨਾ ਰਿਕਾਰਡ ਤੋੜ ਮੀਂਹ ਨਹੀਂ ਕਰੇ ਪਿਆ ਦੁਬਈ ਦੇ ਵਿੱਚ ਮੀਂਹ ਪੈ ਗਿਆ ਉਹ ਤਾਂ ਕਲਾਊਡ ਸੀਡਿੰਗ ਕਰਵਾਉਂਦੇ ਹੁੰਦੇ ਸੀ ਹਾਂ ਕਹਿੰਦੇ ਵੀ ਪੂਰੇ ਅਸਮਾਨ ਦੇ ਵਿੱਚ ਕੋਈ ਰਸਾਇਣ ਰਸੂਣ ਪਾ ਕੇ ਫਿਰ ਉੱਥੋਂ ਕਣੀਆਂ ਪਵਾਉਂਦੇ ਹੁੰਦੇ ਸੀ ਇਹ ਕੁਦਰਤ ਦਾ ਅਜੀਬ ਵਰਤਾਰਾ ਜਿੱਥੇ ਮੀਂਹ ਪੈਂਦਾ ਨਹੀਂ ਉੱਥੇ ਪਈ ਜਾਂਦਾ ਜਿੱਥੇ ਪੈਣਾ ਚਾਹੀਦਾ ਉੱਥੇ ਪੈਂਦਾ ਨਹੀਂ ਹੁੰਦਾ ਜਦੋਂ ਲੋੜ ਹੁੰਦੀ ਆ ਉਦੋਂ ਨਹੀਂ ਉਵੇਂ ਹੁੰਦਾ ਜਦੋਂ ਲੋੜ ਨਹੀਂ ਹੁੰਦੀ ਉਦੋਂ ਉਵੇਂ ਹੋ ਜਾਂਦਾ ਬਿਲਕੁਲ ਪਤਾ ਨਹੀਂ ਚੱਲੀ ਕੀ ਕੀ ਜਾਂਦਾ ਤੇ ਚੱਲਣਾ ਹੀ ਸੀ ਟੈਣਾ ਸਾਹਿਬ ਅਸੀਂ ਕੁਦਰਤ ਨਾਲ ਪੰਗੇ ਘੱਟ ਲੈਣੇ ਅਸੀਂ ਵੀ ਤਾਂ ਸਭ ਤੋਂ ਵੱਧ ਪੰਗੇ ਕੁਦਰਤ ਨਾਲ ਹੀ ਲੈ ਜਿੱਥੇ ਸਾਡਾ ਵਾਹ ਨਹੀਂ ਚੱਲੇ ਜਿੱਥੇ ਸਾਡਾ ਕੋਈ ਵਾਸ ਨਹੀਂ ਚੱਲਿਆ ਉੱਥੇ ਅਸੀਂ ਕੁਦਰਤ ਨਾਲ ਪੰਗੇ ਲੈਣ ਲੱਗ ਗਏ ਹਾਂ ਹੈਨਾ ਉਹ ਜਿਵੇਂ ਸਤਿੰਦਰ ਸਰਤਾਜ ਹੋਰਾਂ ਦਾ ਗੀਤ ਆ ਕਿ ਬੰਦੇ ਦੇ ਹੱਥਾਂ ਵਰਗਾ ਕੋਈ ਔਜ਼ਾਰ ਨਹੀਂ ਬਣਿਆ ਇੰਨਾ ਕੁਝ ਬਣ ਗਿਆ ਲੇਕਿਨ ਕੁਦਰਤ ਤੋਂ ਪਾਰ ਨਹੀਂ ਬਣਿਆ ਜਿੰਨੇ ਮਰਜ਼ੀ ਵੱਡੇ ਹੋ ਜਾਈਏ ਜਿੰਨੇ ਮਰਜ਼ੀ ਬਲਵਾਨ ਹੋ ਜਾਈਏ ਜਿੰਨੇ ਮਰਜ਼ੀ ਸਾਡੇ ਵੱਡੇ ਦਿਮਾਗ ਹੋ ਜਾਣ ਜਿੰਨੀਆਂ ਮਰਜ਼ੀ ਅਸੀਂ ਖੋਜਾਂ ਕਰ ਲਈਏ ਪਰ ਕੁਦਰਤ ਤੋਂ ਪਾਰ ਤਾਂ ਕੁਝ ਵੀ ਨਹੀਂ ਆ ਤੁਸੀਂ ਜੇ ਕੁਦਰਤ ਨਾਲ ਛੇੜਖਾਨੀ ਕਰੋਗੇ ਕੁਦਰਤ ਬਦਲਾ ਲਊਗੀ ਬਿਲਕੁਲ ਸੱਚ ਆ ਤੇ ਸ਼ਾਇਦ ਇਹ ਬਦਲੇ ਦਾ ਹੀ ਹਿੱਸਾ ਹੈ ਵੀ ਕਦੇ ਮੀਂਹ ਆ ਜਾਂਦਾ ਹੈ ਬਿਨਾਂ ਸੋਚਿਆ ਸਮਝਿਆ ਹੈ ਨਾ ਵੀ ਜਦੋਂ ਉਮੀਦ ਨਹੀਂ ਹੁੰਦੀ ਵੀ ਮੀਂਹ ਪਊ ਉਹਦੋਂ ਮੀਂਹ ਪੈਣ ਲੱਗ ਜਾਂਦਾ ਹੈ ਜਦੋਂ ਉਮੀਦ ਹੁੰਦੀ ਹੈ ਵੀ ਮੀਂਹ ਪਊ ਉਹਦੋਂ ਨਹੀਂ ਪੈਂਦਾ ਇਹ ਸ਼ਾਇਦ ਇਸੇ ਲਈ ਆ ਆਪਣੇ ਵਾਲਾ ਹੌਣ ਦਿਓ ਤੁਹਾਡਾ ਹੱਥ ਇੱਥੇ ਹੀ ਰਹਿ ਗਿਆ ਸੀ ਹਾਂ ਮੈਂ ਕਦਰ ਦਾ ਪ੍ਰਯਤ ਵੀ ਆਪਣੇ ਵਾਲਾ ਹੌਣ ਦਿਓ ਗੌਰ ਨਾਲ ਸੁਣਿਓ ਟਾਣਾ ਸਾਹਿਬ ਮੈਨੂੰ ਬੜਾ ਹੀ ਚੰਗਾ ਚਾਹਦਾ ਵਿਚਾਰੇ ਇਹ ਲੱਗਿਆ ਮੈਂ ਪੜਿਆ ਕਿਤੇ ਲਿਖਿਆ ਹੋਇਆ ਕਹਿੰਦੇ ਚਿਹਰਿਆਂ ਦੀ ਕੀ ਗੱਲ ਕਰਦੇ ਹੋ ਚਿਹਰਿਆਂ ਦੀ ਕੀ ਗੱਲ ਕਰਦੇ ਹੋ ਓਏ ਚਿਹਰਿਆਂ ਦੀ ਕੀ ਗੱਲ ਕਰਦੇ ਹੋ ਇੱਥੇ ਤਾਂ ਸਮੇਂ ਦੇ ਨਾਲ ਵਰਕੇ ਵੀ ਪੀਲੇ ਪੈ ਜਾਂਦੇ ਆ ਹਾਂ ਉਹ ਵੰਡਰਫੁਲ ਫਿਰ ਕਹਿੰਨ ਨੂੰ ਚਿਤ ਕਰਦਾ ਜੀ ਸ਼ੁਕਰੀਆ ਇੱਥੇ ਪੀਲੇ ਪੈ ਜਾਂਦੇ ਪੱਤੇ ਹਾਂ ਪੀਲੇ ਪੈ ਜਾਂਦੇ ਰਿਸ਼ਤੇ ਪੀਲੇ ਪੈ ਜਾਂਦੇ ਚਿਹਰੇ ਪੀਲੇ ਪੈ ਜਾਂਦੇ ਵਰਕੇ ਹੂੰ ਇੱਥੇ ਕੀ ਨਹੀਂ ਪੀਲਾ ਪੈਂਦਾ ਇੱਥੇ ਚਿਹਰਾ ਪੀਲਾ ਪੈਣ ਦਾ ਮਤਲਬ ਇਹ ਨਹੀਂ ਵੀ ਉਹਨੂੰ ਪੀਲੀਆ ਹੋਇਆ ਹਾਂ ਇਥੇ ਚਿਹਰੇ ਦੀ ਰੰਗਤ ਚਿਹਰਾ ਬਦਲਣ ਦੀ ਗੱਲ ਹੋ ਰਹੀ ਹੈ ਸੁਭਾਅ ਬਦਲਣ ਦੀ ਗੱਲ ਹੋ ਰਹੀ ਹੈ ਕਿ ਕੀ ਗੱਲ ਕਰ ਕੋਈ ਵੀ ਚੀਜ਼ ਸਥਾਈ ਰੂਪ ਚ ਨਹੀਂ ਹੁੰਦੀ ਹਰ ਚੀਜ਼ ਨੇ ਬਦਲਣਾ ਇਹ ਇਨਸਾਨਾਂ ਦੀ ਮੈਨੂੰ ਲੱਗਦਾ ਹੈ ਕਿ ਬੇਵਕੂਫੀ ਹੁੰਦੀ ਹੈ ਕਿ ਅਸੀਂ ਕਿਸੇ ਚੀਜ਼ ਨੂੰ ਸਥਾਈ ਸਮਝ ਬੈਠਦੇ ਹਾਂ ਕਿ ਇਹ ਚੀਜ਼ ਹੁਣ ਸਦਾ ਦੇ ਲਈ ਮੇਰੀ ਹੈ ਇਹ ਮੇਰੇ ਕੋਲ ਰਹੂ ਸਥਾਈ ਦਾ ਦਾਵਾ ਕਿਤੇ ਵੀ ਨਾ ਕਰੋ ਕਦੇ ਵੀ ਕਿਤੇ ਵੀ ਨਾ ਰਿਸ਼ਤੇ ਦੇ ਵਿੱਚ ਨਾ ਕਿਤੇ ਵਰਤੋਂ ਯੋਗ ਚੀਜ਼ ਦੇ ਵਿੱਚ ਬਿਲਕੁਲ ਕਿਉਂਕਿ ਸਥਾਈ ਦਾ ਦਾਵਾ ਕਰਕੇ RAMDEB ਨੇ ਚੌਥੀ ਪੰਜਵੀਂ ਵਾਰੀ ਮਾਫੀ ਮੰਗ ਲਈ ਹੈ ਉਹਨੇ ਆਪ ਦੇ ਇਸ਼ਤਿਹਾਰਾਂ 'ਚ ਇਹੀ ਗੱਲ ਕਹੀ ਸੀ ਪੱਕਾ ਇਲਾਜ ਜੰਗਲੀ ਨੇ ਵੀ ਭਾਈ ਫਲਾਣੇ ਫਲਾਣੇ ਰੋਗਾਂ ਦਾ ਸਥਾਈ ਹੱਲ ਹੂੰ ਤੇ ਦੇਖ ਲਓ ਹੁਣ ਤੱਕ ਮਾਨਯੋਗ ਅਦਾਲਤ ਦੇ ਵਿੱਚ ਮਾਫੀਆਂ ਚੱਲਦੀਆਂ ਤੇ ਮੇਰਾ ਖਿਆਲ ਵੀ 23 ਤਰੀਕ ਨੂੰ ਫੇਰ ਜਾਣਾ ਬਲਕ੍ਰਿਸ਼ਨ ਨੇ ਤੇ ਰਾਮਦੇਵ ਨੇ ਸ਼ਾਇਦ ਉਸ ਦਿਨ ਵੀ ਮੰਗਣੀ ਪਵੇ ਮਾਫੀ ਜੀ ਤੇ ਮਾਨਯੋਗ ਅਦਾਲਤ ਨੇ ਕਿਹਾ ਜੀ ਕਿ ਜਨਤਕ ਤੌਰ ਦੇ ਉੱਤੇ ਮਾਫੀ ਮੰਗੋ ਵੀ ਭਾਈ ਤੁਸੀਂ ਇਸ ਤਰੀਕੇ ਨਾਲ ਕਮੇ ਦਾਅਵੇ ਕਰ ਦਿੰਨੇ ਆ ਜੀ ਨਾਲੇ ਜਿੱਥੇ ਸਥਾਈ ਦੀ ਗੱਲ ਆਉਂਦੀ ਰਹਿਣਾ ਸਾਹਿਬ ਮੈਨੂੰ ਨਾ ਕਿਸੇ ਇਨਸਾਨ ਦੀ ਕਹੀ ਹੋਈ ਗੱਲ ਚੇਤੇ ਆ ਗਈ ਉਹ ਨਾ ਤਹਿਸੀਲ ਦੇ ਵਿੱਚ ਕੰਮ ਕਰਦੇ ਸੀ ਤੇ ਉਹਨਾਂ ਨੇ ਜਿਹੜੀ ਗੱਲ ਕਹੀ ਉਹ ਮੇਰੇ ਖਾਨੇ ਬੈਠ ਗਈ ਉਦੋਂ ਦੀ ਉਹ ਕਹਿੰਦੇ ਵੀ ਜ਼ਮੀਨਾਂ ਜਾਇਦਾਦਾਂ ਸਾਉਨਾਂ ਦਾ ਸਥਾਈ ਸਾਡੀ ਪ੍ਰਾਪਰਟੀ ਆ ਸਾਡੀ ਜਾਇਦਾਦ ਆ ਨਾ ਸਥਾਈ ਸਾਡੀ ਆਮਦਨ ਦਾ ਇੱਕ ਵਸੀਲਾ ਆ ਹਨਾ ਪਰ ਕਹਿੰਦੇ ਜ਼ਮੀਨਾਂ ਜਾਇਦਾਦਾਂ ਉੱਥੇ ਹੀ ਰਹਿੰਦੀਆਂ ਸਿਰਫ ਵਰਕਿਆਂ ਦੇ ਉੱਪਰ ਨਾਂ ਬਦਲਦੇ ਰਹਿੰਦੇ ਨੇ ਹੂੰ ਕੋਈ ਚੀਜ਼ ਸਥਾਈ ਨਹੀਂ ਸਾਨੂੰ ਲੱਗਦਾ ਵੀ ਇਹ ਸਥਾਈ ਤੌਰ ਤੇ ਮੇਰੀ ਆ ਜਦੋਂ ਮੈਂ ਨਾ ਹੋਈ ਤੇ ਉਸ ਤੋਂ ਬਾਅਦ ਤਾਂ ਕਿਸੇ ਹੋਰ ਦੀ ਹੋ ਜਾਣੀ ਆ ਨਾ ਚੀਜ਼ ਸੋ ਇਸ ਲਈ ਸਥਾਈ ਕੁਝ ਵੀ ਨਹੀਂ ਆ ਸਿਰਫ ਵਰਕਿਆਂ ਦੇ ਉੱਪਰ ਨਾਂ ਬਦਲਦੇ ਨੇ ਪਹਿਲਾ ਪੁੱਤਰ ਫਲਾਣਾ ਸਿੰਘ ਹੈ ਨਾ ਬਿਨਾ ਫਲਾਣਾ ਸਿੰਘ ਪੁੱਤਰ ਫਲਾਣਾ ਸਿੰਘ ਮੁੜ ਕੇ ਉਹਦੇ ਜਾਣ ਤੋਂ ਬਾਅਦ ਫਿਰ ਨਾ ਫਲਾਣਾ ਸਿੰਘ ਪੁੱਤਰ ਫਲਾਣਾ ਸਿੰਘ ਇਹ ਤਾਂ ਐ ਹੀ ਨਾ ਬਦਲਦੇ ਰਹਿੰਦੇ ਬਿਲਕੁਲ ਸੱਚ ਆ ਆਦੀ ਹਾਜ਼ਰੇ ਜੱਜ ਦਾ ਵਿਚਾਰ ਟੇਣਾ ਸਾਹਿਬ ਲੋਕ ਸਭਾ ਚੋਣ ਮੈਂ ਨੋ ਸਿਰਾਂ ਲੱਗਾ ਪਿਆ ਹਰ ਰੋਜ਼ ਨਵੀਆਂ ਖਬਰਾਂ ਹਾਲੇ ਆਉਣੀਆਂ ਬਾਕੀ ਆ ਹਰ ਰੋਜ਼ ਨਵੀਆਂ ਦਲ ਬਦਲੀਆਂ ਹਰ ਰੋਜ਼ ਹੋਣੀਆਂ ਜੇ ਹਾਲੇ ਕਹਿੰਦੇ ਵੀ ਕਾਂਗਰਸ ਦੇ ਦੋ ਨੇਤਾ ਛੜੱਪਾ ਮਾਰ ਕੇ ਬੀਜੇਪੀ 'ਚ ਜਾਣਗੇ ਇੱਕ ਦੋ ਹੋਰ ਪਾਸੇ ਵੀ ਭੁੜਕਣ ਵਾਲੀ ਆ ਜੀ ਤੇ ਨਵੇਂ ਤਕੜਮ ਹਰ ਰੋਜ਼ ਲੜਾਏ ਜਾਂਦੇ ਹਰ ਰੋਜ਼ ਲੜਾਈ ਜਾਂਦੇ ਆ ਹਾਂ ਲੜਾਈ ਜਾਂਦੇ ਸਨ ਉਹ ਰਾਜਬਰਾਡ ਦਾ ਗੀਤ ਨਹੀਂ ਕਿਹੜਾ ਨਹੀਂ ਹੁਣ ਲੋਕ ਸਭਾ ਤੋਂ ਤੇਰੇ ਜੇਠ ਦੇ ਪੇਪਰ ਭਰਨੇ ਆਹ ਇਹ ਮੈਂ ਨਾ ਵੀ ਜਿਹੜੇ ਜਿਹੜੇ ਜੇਠ ਦੇ ਦੌਰ ਪੇਪਰ ਭਰਦੇ ਆ ਨਾ ਇਧਰੋਂ ਤਕੜਮ ਲਾ ਲਿਆ ਇਧਰੋਂ ਤਕੜਮ ਲਾ ਲਿਆ ਵੋਟ ਐਂ ਦੀ ਤੋੜੋ ਮੈਂ ਜੜਾ ਇਹਦੀਆਂ ਚ ਬੈਠੋ ਦਾਤੀ ਐ ਮੋਢੇ ਤੇ ਰੱਖੀ ਐ ਕਣਕ ਨਹੀਂ ਵੜਦੇ ਜੜਾ ਹੀ ਵੜਦੇ ਆ ਜੀ ਸਹੀ ਗੱਲ ਆ ਹਾਲੇ ਕਈਆਂ ਨੇ ਵੱਡਣੀਆਂ ਨੇ ਹਾਲੇ ਬਹੁਤ ਕੁਝ ਹੋਣਾ ਹੈ ਪਰ ਜਿਹੜੇ ਦਲ ਬਦਲੂ ਨੇ ਮੈਂ ਸੁਣਿਆ ਵੀ ਉਹਨਾਂ ਦਾ ਤਾਂ ਜਣਾ ਬਹੁਤ ਔਖਾ ਹੋਇਆ ਹੋਇਆ ਦਲ ਬਦਲੂ ਤੇ ਗੱਲ ਬਦਲੂ ਹਾਂ ਇਹਨਾਂ ਦੋਵਾਂ ਤੋਂ ਬਚ ਕੇ ਰਿਹਾ ਕਰੋ ਬਿਲਕੁਲ ਸਹੀ ਇਹ ਵੀ ਚਾਹੀਦਾ ਵਿਚਾਰ ਹੈ ਬੰਦੇ ਦਾ ਕੋਈ ਨਾ ਕੋਈ ਸਟੈਂਡ ਹੋਣਾ ਚਾਹੀਦਾ ਤੁਸੀਂ 8 10 20 ਸਾਲ ਕਿਸੇ ਨਾਲ ਨਿਭਾਈ ਹੋਵੇ ਤੇ ਫਿਰ ਆਪਾਂ ਕਹਿੰਦੇ ਵੀ ਭਾਈ ਇੱਥੇ ਮੈਨੂੰ ਠੀਕ ਨਹੀਂ ਲੱਗਿਆ ਇਹਨਾਂ ਨੇ ਮੇਰੇ ਬਾਰੇ ਨਹੀਂ ਸੋਚਿਆ ਲੋਕ ਵੀ ਸਮਝਦੇ ਹੁੰਦੇ ਆ ਵੀ ਯਾਰ ਇਹ ਕਿੰਨੇ ਚਿਰ ਤੋਂ ਵਿਚਾਰਾ ਮਿਹਨਤ ਕਰ ਰਿਹਾ ਕਿੰਨੇ ਚਿਰ ਤੋਂ ਸਮਰਪਣ ਦੀ ਭਾਵਨਾ ਜਦੋਂ ਤੁਸੀਂ 6 ਮਹੀਨਿਆਂ ਚ 4 ਪਾਰਟੀਆਂ ਬਦਲਦੇ ਲੋਕਾਂ ਨੂੰ ਤਾਂ ਪਤਾ ਨਹੀਂ ਲੱਗਦਾ ਵੀ ਚੰਡੀ ਗੜੀ ਚੱਕਣੀ ਹੈ ਹੂੰ ਕੀ ਦੀ ਸੋਚਤੇ ਪਹਿਰਾ ਦੇ ਆਗੇ ਢੋਲ ਕੇ ਲੋਕੀ ਗੱਲ ਕਹਿੰਦੇ ਵੀ ਆਪਦਾ ਡੰਡਾ ਲੈ ਕੇ ਰੱਖਦੇ ਆ ਜਦੋਂ ਜੀ ਵੀ ਜ਼ਰੂਰਤ ਪਈ ਜੇਬ ਚੋਂ ਝੰਡਾ ਕੱਢਿਆ 5-6 ਝੰਡੇ ਵਿੱਚ ਰੱਖੋ ਉੱਤੇ ਪਾ ਕੇ ਤੇਰੀ ਸੋਚਤੇ ਪਹਿਰਾ ਦੇਾਂਗੇ ਪਟੋਕ ਕੇ ਸਹੀ ਗੱਲ ਆ ਪਰ ਗੱਲ ਇਹ ਹੈ ਜਟਾਣਾ ਸਾਹਿਬ ਕਿ ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਲੋਕਾਂ ਨੂੰ ਸਭ ਪਤਾ ਹੁੰਦਾ ਕਿਹੜਾ ਲੀਡਰ ਵਾਕਈ ਲੋਕਾਂ ਕਰਕੇ ਪਾਰਟੀ ਬਦਲਦਾ ਤੇ ਕਿਹੜਾ ਲੀਡਰ ਵਾਕਈ ਆਪਣੇ ਭਵਿੱਖ ਖਾਤਰ ਪਾਰਟੀ ਬਦਲਦਾ ਲੋਕ ਅੱਜਕੱਲ ਸਭ ਜਾਣਦੇ ਨੇ ਜਿੰਨੀਆਂ ਮਰਜ਼ੀ ਗੱਲਾਂ ਕਰੀ ਜਾਣ ਜਿੰਨਾ ਮਰਜ਼ੀ ਰੌਲਾ ਪਾਈ ਜਾਣ ਵੀ ਅਸੀਂ ਤਾਂ ਲੋਕਾਂ ਖਾਤਰ ਇੱਕ ਕਦਮ ਚੁੱਕਿਆ ਕੋਈ ਨਹੀਂ ਚੁੱਕਦਾ ਪਰ ਦਲ ਬਦਲੂਆਂ ਨੂੰ ਲੋਕ ਹੁਣ ਸਵੀਕਾਰ ਨਹੀਂ ਰਹੇ ਕੱਲ ਇੱਕ ਵੀਡੀਓ ਆਈ ਤੁਰਲੀ ਫਿਰਦੀ ਮੇਰੇ ਮੂਹਰੇ ਉਹਦੇ ਵਿੱਚ ਨਾ ਇੱਕ ਭਾਂਡਾ ਵੱਡਾ ਸਾਰਾ ਕਹਿ ਰਿਹਾ ਵੀ ਆਪਾਂ ਬਲਟੋ ਹਾ ਜਾ ਹੂੰ ਉਹਦੇ ਉੱਤੇ ਟੱਕਣ ਦਿੱਤਾ ਬੈ ਟੱਕਣ ਹੈਗਾ ਧਾਗੇ ਜਿਹੇ ਨਾਲ ਬੰਨਿਆ ਉਸ ਢੱਕਣ ਦੇ ਉੱਤੇ ਕੁਝ ਕੁ ਦਾਣੇ ਪਾਏ ਆ ਪੰਛੀ ਐਂ ਜੇ ਜਾਂਦਾ ਬੇਲਦਾ ਜਾ ਕੇ ਵੀ ਮੈਂ ਚੁਗਲਾ ਜਦੋਂ ਐਂ ਜੇ ਕਰਦਾ ਪੁੜਕ ਦੇ ਨੇ ਵਿੱਚ ਫਿਰ ਦੂਜਾ ਪੰਛੀ ਉਹ ਨਾ ਐਂ ਜੇ ਚੁਗਦਾ ਪੁੜਕ ਦੇ ਨੇ ਵਿੱਚ ਤੇ ਥੱਲੇ ਕਿਥੇ ਨੇ ਲਿਖਿਆ ਆਟੇਦਾਲ ਵਾਲੇ ਨਾਲ ਤਾਂ ਫਿਰ ਐਂ ਹੀ ਹੁੰਦਾ ਵੀ ਇਹ ਸਾਨੂੰ ਚੋਗਾ ਪਾਇਆ ਜਾਂਦਾ ਵੀ ਭਾਈ ਆਜੋ ਆਪਾਂ ਫਸ ਜੰਨੇ ਆ ਫਿਰ ਉਹ ਆਪਣੇ ਤਰੀਕੇ ਨਾਲ ਚੱਲਦੇ ਆ ਮਤਲਬ ਸਿਰਫ ਕਹਿਣ ਦਾ ਇਹ ਆ ਵੀ ਜਿਹੜੇ ਲੋੜਵੰਦਾਂ ਵੱਧ ਤੋਂ ਵੱਧ ਮਦਦ ਹੋਣੀ ਚਾਹੀਦੀ ਹੈ ਪਰ ਜੇਕਰ ਤੁਹਾਨੂੰ ਲਾਲਚ ਦਿੱਤੇ ਜਾਂਦੇ ਹਨ ਉਹ ਆਪਣੀ ਲੋੜ ਨੂੰ ਦਿੰਦੇ ਹਨ ਤੇ ਤੁਹਾਡੇ ਤੋਂ ਕਰਾਉਣਾ ਕੀ ਕਿਸੇ ਨੇ ਆਪਣੀ ਲੋੜ ਕਿਹਨੂੰ ਆ ਸਾਡੀ ਸਿਰਫ ਨਫਜ਼ ਚੱਲਦੀ ਹੋਣੀ ਚਾਹੀਦੀ ਹੈ ਇਹ 1 ਜੂਨ ਤੱਕ ਚੱਲਦੀ ਰਹੇ ਲੀਡਰਾਂ ਨੇ ਸਿਰਫ ਇਹ ਸੋਚਣਾ ਹੂੰ ਬੇਨਤੀ ਸਿਰਫ ਇਹ ਆ ਵੀ ਐਤਕੀ ਨਾ ਇੱਕ ਹੋਰ ਗੱਲ ਕਹਿ ਦੇ ਮੈਂ ਸਿੱਧੀ ਗੱਲ ਕਰਦਾ ਕਹੋ ਕਹੋ ਟੈਣਾ ਸਾਹਿਬ ਕਹਦੇ ਹੋ ਇਹ ਅਭੀ ਐਵੇਂ ਡਰਾਮੇ ਜਿਹਾ ਨਾ ਕਰਿਆ ਕਰੋ ਅਸੀਂ ਭੋਲੇ ਹੁੰਦੇ ਹਾਂ ਹਰ ਵਾਰ ਹੀ ਸਾਡੇ ਨਾਲ ਧੋਖਾ ਹੋ ਜਾਂਦਾ ਹੈ ਅਸੀਂ ਜੀ ਬਚਪਨ ਤੋਂ ਹੀ ਪਿੱਛੇ ਲੱਗ ਜਾਂਦੇ ਹਾਂ ਸਾਨੂੰ ਤਾਂ ਜੀ ਗੁੰਮਰਾਹ ਕਰ ਲਿਆ ਜਾਂਦਾ ਹੈ ਕੋਈ ਤੁਸੀਂ ਭੋਲੇ ਨਹੀਂਗੇ ਐਵੇਂ ਆਪਦੇ ਆਪ ਨੂੰ ਮੂਰਖ ਨਾ ਬਣਾਇਆ ਕਰੋ ਤੇ ਦੂਜੇ ਹੈ ਨਹੀਂਗੇ ਸਾਰੇ ਆਪੋ ਆਪਣੇ ਘਰ ਨੂੰ ਸਕੇ ਆ ਸਾਰੇ ਆਪੋ ਆਪਣੇ ਘਰ ਨੂੰ ਸੋਚਦੇ ਆ ਲੁਝਦੇ ਆ ਕੋਈ ਇੰਨਾ ਭੋਲਾ ਨਹੀਂ ਪੰਜਾਬ ਦੇ ਵਿੱਚ ਕੋਈ ਇਹ ਗੱਲ ਕਹਿਣਾ ਕਿ ਮੇਰੇ ਵਾਲੀ ਚੀਜ਼ ਤੂੰ ਲੈ ਲੈ ਕਦੇ ਇਹ ਗੱਲ ਕਹੀ ਕਿ ਮੇਰੇ ਵਾਲੇ ਦਾਰੂ ਦੀ ਬੋਤਲ ਤੂੰ ਲੈ ਲੈ ਆਪੋ ਆਪਣੇ ਲਈ ਹੈ ਨਾ ਕਦੇ ਕਿਸੇ ਨੇ ਗੱਲ ਕਹੀ ਜੀ ਕਿ ਮੈਂ ਤਾਂ ਧਰਨਾ ਲਾਉਂਗਾ ਹਸਪਤਾਲ ਨਹੀਂ ਬਣਿਆ ਸਾਡੇ ਵਾਲੇ ਪਾਸੇ ਮੈਂ ਧਰਨਾ ਲਾਉਂਗਾ ਫਲਾਣੀ ਗੱਲ ਤੇ ਲਈ ਅਸੀਂ ਧਰਨਾ ਲਾਉਣਾ ਜੀ ਫਲਾਣੀ ਮੰਗਦੇ ਲਈ ਤੇ ਆਪਾਂ ਧਰਨਾ ਤਾਂ ਹਮੇਸ਼ਾ ਇਹੀ ਲਾਇਆ ਵੀ ਪੈਸੇ ਨੂੰ ਆ ਨਹੀਂ ਮਿਲਿਆ ਆ ਨਹੀਂ ਮਿਲਿਆ ਦੇ ਉਹ ਮੁਫਤ ਚਾਹ ਦੇ ਵਾਦੇ ਵਾਦੇਓ ਤੇ ਲੈ ਲਓ ਫਿਰ ਤੁਸੀਂ ਭੋਲੇ ਨਹੀਂ ਹੋ ਐਵੇਂ ਡਰਾਮਾ ਨਾ ਕਰਿਆ ਕਰੋ ਤੁਸੀਂ ਬਹੁਤ ਸਿਆਣੇ ਹੋ ਬੜੇ ਤੇਜ਼ ਤਰਾਰ ਹੋ ਮੰਨਿਆ ਕਰੋ ਅਸੀਂ ਤਿੱਖੇ ਹਾਂ ਹੋਗੀ ਗੱਲ ਤੇ ਟਾਣਾ ਸਾਹਿਬ ਕਹਿੰਦੇ ਕਿ ਦਲ ਬਦਲੂ ਹੁਣ ਪ੍ਰਚਾਰ ਕਰਨ ਤੋਂ ਵੀ ਥੋੜਾ ਜਿਆਦਾ ਡਰਦੇ ਪਏ ਨੇ ਘਬਰਾਉਂਦੇ ਪਏ ਨੇ ਕਿਉਂਕਿ ਲੋਕ ਜਿਹੜੇ ਨੇ ਹੁਣ ਸਵਾਲ ਕਰਨ ਲੱਗੇ ਇੱਥੋਂ ਤੱਕ ਕਿ ਇੱਕ ਪਿੰਡ ਹੈ ਜਿਹ ਉਧਰ ਨਾਬੇ ਵਾਲੇ ਪਾਸੇ ਰਾਮਗੜ੍ਹ ਇਲਾਕਾ ਹੈ ਉੱਥੇ ਕਹਿੰਦੇ ਕਿ ਬੋਰਡ ਲਾਤਾ ਜਿੱਤੇ 6 ਸਵਾਲ ਲਿਖੇ ਹੋਏ ਨੇ ਉਹ ਬੋਰਡ ਬੜਾ ਵਾਇਰਲ ਹੁੰਦਾ ਪਿਆ ਤੇ ਬੜੀ ਸੋਹਣੀ ਗੱਲ ਆ ਤੇ ਤੁਹਾਡੇ ਕੀ ਪਿੰਡ ਦੇ ਵਿੱਚ ਸਿਆਹੀ ਮੁੱਕ ਗਈ ਕਿ ਬੋਰਡ ਲਾਉਣ ਦੀ ਜਗ੍ਹਾ ਨਹੀਂ ਗਈ ਬਹੁਤ ਸੋਹਣੀ ਗੱਲ ਆ ਤੇ ਤੁਹਾਡੇ ਪਿੰਡਾਂ ਦੇ ਵਿੱਚ ਪੰਜਾਬ ਦੇ ਵਿੱਚ 12.5 ਹਜ਼ਾਰ ਤੋਂ ਵੱਧ ਪਿੰਡ ਆ ਤੁਸੀਂ ਆਪਦੇ ਪਿੰਡਾਂ ਦੇ ਵਿੱਚ ਕਿਉਂ ਨਹੀਂ ਫੈ ਬਲ ਲਾਂਗੜ ਚੱਕ ਕੇ ਇਹਨੂੰ ਤੁਰਪੈ ਇਹਨਾਂ ਕਰੇ ਇਹਨੂੰ ਤੁਰਪੈ ਨਹੀਂ ਆ ਮੜਾ ਜਾ ਆਪਾਂ ਵੀ ਬੋਰਡ ਬੜ ਲਿਖੀਏ ਕੋਈ ਪਿਆਰ ਨਾਲ ਸਤਿਕਾਰ ਨਾਲ ਹਰਲ ਹਰਲ ਨਹੀਂ ਕਰਨਾ ਫਿਰ ਮੇਰੀ ਬੇਨਤੀ ਆ ਲਿਆਕਤ ਦੇ ਨਾਲ ਸਾਡੀ ਯਰਤ ਕੀ ਆ ਅਸੀਂ ਕੋਲ ਉਹ ਫੱਟ ਗਿਆ ਉਹ ਫੱਟ ਗਿਆ ਹਰ ਹਰ ਕਰਨ ਲੱਗ ਜੰਨੇ ਆ ਬੱਕਰੀਆਂ ਚਾਰਦੇ ਆਪਾਂ ਉਹ ਆਇਆ ਵੋਟਾਂ ਮੰਗਣ ਵੋਟ ਪਾਉਣੀ ਨਾ ਪਾਉਣੀ ਸਾਡੀ ਮਰਜ਼ੀ ਆ ਉਹਨੂੰ ਤਰਕ ਨਾਲ ਤਰੀਕੇ ਨਾਲ ਸਵਾਲ ਕਰਗੇ ਜੀ ਉਹਨੂੰ ਤਹਜ਼ੀਬ ਦੇ ਨਾਲ ਸਵਾਲ ਕਰਗੇ ਤਮਾਸ਼ਾ ਨਾ ਬਣਾਇਆ ਕਰਕੇ ਸਾਡੀ ਆਰਥ ਤਾਂ ਸਾਨੂੰ ਹਰ 24 ਘੰਟੇ ਬਾਅਦ ਨਵਾਂ ਤਮਾਸ਼ਾ ਚਾਹੀਦਾ ਹੁਣ ਰਾਮਗੜ੍ਹ ਪਿੰਡ ਵਾਲਿਆਂ ਨੇ 6 ਸਵਾਲ ਲਿਖ ਕੇ ਲਾਏ ਆ ਇੱਕ ਤਾਂ ਵਿੱਚ ਉਹਨਾਂ ਨੇ ਮਨਰੇਗਾ ਬਾਰੇ ਲਿਖਿਆ ਦੂਜਾ ਬੇਰੋਜ਼ਗਾਰੀ ਬਾਰੇ ਲਿਖਿਆ ਤੀਜਾ ਨਸ਼ੇ ਬਾਰੇ ਲਿਖਿਆ ਪਿੰਡਾਂ ਦੇ ਵਿਕਾਸ ਬਾਰੇ ਲਿਖਿਆ ਉਸ ਪਿੰਡ ਦੀਆਂ ਜਿਹੜੀਆਂ ਜਿਹੜੀਆਂ ਮੁਸ਼ਕਲਾਂ ਉਹਦੇ ਬਾਰੇ ਲਿਖਿਆ ਤੇ ਪਿੰਡ ਦੇ ਮੱਥੇ ਦੇ ਉੱਤੇ ਇਹ ਬੋਰਡ ਲਾਤਾ ਉਹਨਾਂ ਨੇ ਕਿਹਾ ਜੀ ਕਿ ਕੋਈ ਵੀ ਪਾਰਟੀ ਦਾ ਉਮੀਦਵਾਰ ਆਵੇ ਵੋਟਾਂ ਮੰਗਣ ਦੇ ਲਈ ਇੰਨਾ 6 ਸਵਾਲਾਂ ਦੇ ਤਰਕ ਨਾਲ ਉੱਤਰ ਦੇ ਜਾਵੇ ਤੇ ਵੋਟਾਂ ਪਾ ਦੇਾਂਗੇ ਬਹੁਤ ਖੂਬ ਜੇ 6 ਸਵਾਲਾਂ ਦੇ ਉੱਤਰ ਨਹੀਂ ਦਿੰਦਾ ਤਾਂ ਡੰਡੀ ਪਾਵੇ ਵੈਰੀ ਗੁੱਡ ਤੇ ਤੁਹਾਨੂੰ ਕੀ ਹੋਇਆ ਆਪਾਂ ਪਤਾ ਕੀ ਕਹਿੰਦੇ ਆ ਤੁਹਾਡੇ خیال ਤੇ ਬੱਚਾ ਉਧਰ ਲਾ ਉਧਰ ਜਾਊ ਕਿ ਨਹੀਂ ਉਧਰ ਲਾ ਉਧਰ ਜਾਊ ਕਿ ਨਹੀਂ ਆਪਾਂ ਇਹੀ ਕਰੀ ਜੰਨੇ ਆ ਜੀ ਜਿਹੜਾ ਆਊ ਉਹਨੂੰ ਤਰੀਕੇ ਨਾਲ ਤਹਜ਼ੀਬ ਨਾਲ ਸਵਾਲ ਕਰਗੇ ਪਰ ਉਹਦੇ ਲਈ ਟਹਿਣਾ ਸਭ ਸਵਾਲ ਤਾਂ ਹੀ ਕਰ ਸਕਾਂਗੇ ਨਾ ਜੇ ਪਿੰਡ ਦੇ ਵਿੱਚ ਇੱਕਾ ਹੋਊਗਾ ਜੇ ਅਸੀਂ ਸਾਰੇ ਇਕੱਠੇ ਹੋਵਾਂਗੇ ਸਾਡੇ ਤਾਂ ਬਹੁਤੇ ਪਿੰਡਾਂ ਦੇ ਵਿੱਚ ਸਿਆਪੇ ਹੀ ਇਹ ਆ ਮਸਲੇ ਹੀ ਇਹ ਆ ਕਿ ਜੇ 10 ਬੰਦੇ ਇੱਧਰ ਹੁੰਦੇ ਨਾ ਇੱਕ ਕੋਈ ਜੱਕੜ ਚੌਧਰੀ ਹੁੰਦਾ ਜਿਹੜਾ ਕੱਚਾ ਚ ਹੱਥ ਦੇ ਕੇ ਕਹਿੰਦਾ ਨੋ 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 ਆਹ ਨਹੀਂ ਗੱਲ ਬਣਨੀ ਮੇਰੇ ਹਿਸਾਬ ਨਾਲ ਐ ਨਹੀਂ ਬੋਰਡ ਲਾ ਕੇ ਦਿਖਾਓ ਕਿਵੇਂ ਲਾਉਣੇ ਅਸੀਂ ਉੱਥੇ ਵੀ ਆਪਣਾ ਫਾਇਦਾ ਮੈਂ ਮੰਤਰੀ ਕੋਲੇ ਜਾਣਾ ਹੁੰਦਾ ਮੈਂ ਸੰਤਰੀ ਕੋਲੇ ਜਾਣਾ ਹੁੰਦਾ ਮੈਂ ਥਾਣੇ ਜਾਣਾ ਹੁੰਦਾ ਮੈਨੂੰ ਫਰਾਣੇ ਤਾਂ ਹੀ ਕੰਮ ਪੈਂਦਾ ਮੈਨੂੰ ਢਿਮਕੇ ਤਾਂ ਹੀ ਕੰਮ ਪੈਂਦਾ ਉਹਦੇ ਚੱਕਰ ਦੇ ਵਿੱਚ ਅਸੀਂ ਸਾਰੇ ਪਿੰਡ ਦਾ ਨੁਕਸਾਨ ਕਰ ਦਿੰਨੇ ਆ ਹਨਾ ਵੀ ਆਪਣੇ ਨਿੱਜੀ ਮਫਾਦਿਆਂ ਦਾ ਕਰਕੇ ਸੋ ਪਿੰਡ 'ਚ ਏਕਾ ਹੋਊਗਾ ਤਾਂ ਇਕੱਠੇ ਹੋ ਕੇ ਸਵਾਲ ਕਰਾਂਗੇ ਤੇ ਜੇ ਇਕੱਠੇ ਹੋ ਕੇ ਸਵਾਲ ਕਰਾਂਗੇ ਤਾਂ ਹੀ ਉਹਨਾਂ ਨੂੰ ਵੀ ਇਹ ਸਮਝ ਆਊਗਾ ਕਿ ਪਿੰਡ ਵਾਲੇ ਭਾਈ ਇਕੱਠੇ ਨੇ ਇਹਨਾਂ ਤੋਂ ਵੋਟਾਂ ਐ ਨਹੀਂ ਮਿਲਣੀਆਂ ਕੰਮ ਕਰਨੇ ਪੈਣਗੇ ਬਿਲਕੁਲ ਸੱਚ ਆ ਵੀ ਹਾਜ਼ਰ ਹੈ ਜੱਜ ਦਾ ਵੀ ਚਾਹ ਹਰਮਨਜੀਤ ਭਗਵੰਤਮਾਨ ਹੋਰੀ ਗਏ ਆ ਗੁਜਰਾਤ ਦੇ ਵਿੱਚ ਪ੍ਰਚਾਰ ਕਰਨ ਜਦੋਂ ਹੁਣ ਤਾਂ ਅਗੇ ਆ ਉੱਥੇ ਉਹਨੇ ਪ੍ਰਚਾਰ ਕੀਤਾ ਵੱਖ-ਵੱਖ ਉਮੀਦਵਾਰਾਂ ਦੇ ਹੱਕ ਦੇ ਵਿੱਚ ਗੱਡੀ ਦੇ ਉੱਤੇ ਉਹ ਪ੍ਰਚਾਰ ਕਰ ਰਹੇ ਆ ਤੇ ਉਹਨਾਂ ਦੀਆਂ ਅੱਖਾਂ ਦੇ ਵਿੱਚੋਂ ਅਥਰੂ ਡੁੱਲੇ ਆ ਭਗਵੰਤਮਾਨ ਹੋਰੀ ਉੱਥੇ ਰੋਪੇ ਆ ਜਿਹੜੀਆਂ ਕਿ ਤਸਵੀਰਾਂ ਅਸੀਂ ਦੇਖੀਆਂ ਜਿਹੜੀਆਂ ਕਿ ਵੀਡੀਓ ਸਭ ਦੇ ਸਾਹਮਣੇ ਆਈਆਂ ਉਹਨਾਂ ਨੇ ਉੱਥੇ ਲੋਕਾਂ ਨੂੰ ਇਹ ਗੱਲ ਕਹੀ ਆ ਵੀ ਭਾਈ ਤੁਸੀਂ ਸਾਨੂੰ ਵੋਟਾਂ પાਕੇ ਕਾਮਯਾਬ ਕਰੋ ਅਰਵਿੰਦ ਕੇਜਰੀਵਾਲ ਨਾਲ ਬਿਹਾਰ ਈਵੇਂ ਕੀਤਾ ਜਾ ਰਿਹਾ ਜਿਵੇਂ ਉਹ ਕੋਈ ਅਤਵਾਦੀ ਹੋਵੇ ਜੇਲ੍ਹ ਦੇ ਵਿੱਚ ਜਦੋਂ ਅਸੀਂ ਮਿਲਣ ਗਏ ਆ ਉਹਨਾਂ ਨੇ ਕਿਹਾ ਮੈਂ ਜਦੋਂ ਮਿਲਣ ਗਿਆ ਜਾਂ ਜਦੋਂ ਉਹਨਾਂ ਦੇ ਪਰਿਵਾਰਕ ਮੈਂਬਰ ਕੇਜਰੀਵਾਲ ਸਾਹਿਬ ਦੇ ਮਿਲਣ ਜਾਂਦੇ ਆ ਤਾਂ ਵਿਚਾਲੇ ਲਾ ਕੇ ਸ਼ੀਸ਼ਾ ਤੇ ਫੋਨ ਦੇ ਉੱਤੇ ਗੱਲਬਾਤ ਇੰਉਂ ਕਰਾਈ ਜਾਂਦੀ ਗੰਦੇ ਜਿਹੇ ਸ਼ੀਸ਼ੇ ਦੇ ਵਿੱਚ ਚਿਹਰਾ ਵੀ ਨਹੀਂ ਦਿਸਦਾ ਪੂਰੀ ਤਰ੍ਹਾਂ ਉਹਨਾਂ ਦਾ ਤੇ ਇੰਉਂ ਲੱਗਦਾ ਵੀ ਭਾਈ ਕੋਈ ਬਹੁਤ ਵੱਡੇ ਸਮਾਜ ਨੂੰ ਖਤਰਾ ਪੈਦਾ ਕਰਨ ਵਾਲੇ ਵਿਅਕਤੀ ਨੂੰ ਮਿਲਣ ਆਏ ਆ ਮੁੱਖ ਮੰਤਰੀ ਆ ਸੂਬੇ ਦਾ ਪਾਰਟੀ ਦਾ ਮੁਖੀ ਆ ਤੇ ਅਥਰੂ ਡਿੱਗੇ ਆ ਤੇ ਉਹਨਾਂ ਨੇ ਕਿਹਾ ਜੀ ਕਿ ਭਾਈ 4 ਤਰੀਕ ਨੂੰ ਨਤੀਜੇ ਆ ਜਿਹੜੇ ਉਹ ਦੱਸ ਦੇਣ ਵੀ ਭਾਈ ਜਿਨ੍ਹਾਂ ਨੇ ਧੱਕਾ ਕੀਤਾ ਉਹਨਾਂ ਨਾਲ ਕੀ ਹੁੰਦਾ ਹੈਗਾ ਸੋ ਵੇਨੇ ਵੀ ਭਾਈ ਆਮ ਆਦਮੀ ਪਾਰਟੀ ਨੂੰ ਕਿੰਨੀਆਂ ਸੀਟਾਂ ਕਿੱਥੋਂ ਕਿਵੇਂ ਮਿਲਦੀਆਂ ਪਰ ਭਗਵੰਤ ਮਾਨ ਦੀਆਂ ਅੱਖਾਂ ਦੇ ਵਿੱਚ ਅਥਰੂ ਨੱਚੇ ਆ ਟੈਣਾ ਸਾਹਿਬ ਇਹ ਗੱਲ ਮੈਂ ਪਹਿਲਾਂ ਵੀ ਕਹੀ ਸੀ ਤੇ ਅੱਜ ਫੇਰ ਉਹੀ ਗੱਲ ਦੁਹਰਾਨੀ ਆ ਕਿ ਆਮ ਆਦਮੀ ਪਾਰਟੀ ਦੇ ਲਈ ਮੈਨੂੰ ਲੱਗਦਾ ਹੈ ਵਿਸ਼ੇਸ਼ ਤੌਰ ਤੇ ਬਹੁਤ ਖਾਸ ਨੇ ਇਹ ਚੋਣਾਂ ਕਿਉਂਕਿ ਇਹ ਚੋਣਾਂ ਦੇ ਨਤੀਜੇ ਬਹੁਤ ਕੁਝ ਸਾਫ਼ ਕਰ ਦੇਣਗੇ ਕਿ ਜਿੰਨਾ ਪਿਆਰ ਲੋਕਾਂ ਨੇ ਵਿਧਾਨ ਸਭਾ ਚੋਣਾਂ ਦੇ ਵਿੱਚ ਦਿਖਾਇਆ ਇਸ ਪਾਰਟੀ ਨੂੰ ਕਿ ਉਹ ਪਿਆਰ ਉਨਾ ਹੀ ਬਰਕਰਾਰ ਹੈ ਘਟਿਆ ਵਧਿਆ ਇਹ ਸਾਰਾ ਕੁਝ ਇਹਨਾਂ ਨਤੀਜਿਆਂ ਨੇ ਸਾਫ਼ ਕਰ ਦੇਣਾ ਹੈ ਨਾ ਗੱਲ ਇਹ ਹੈ ਕਿ ਇਹ ਚੋਣ ਨਤੀਜੇ ਨਾਲੇ ਤਾਂ ਜਦੋਂ ਆਪਾਂ 227 ਦੀ ਗੱਲ ਕਰਦੇ ਹਾਂ ਹੈ ਨਾ ਉਦੋਂ ਵੀ ਥੋੜੀ ਜੀ ਉਹਦੀ ਤਸਵੀਰ ਵੀ ਸਾਫ਼ ਹੋਊਗੀ ਕਿ ਉਹ ਵਿਧਾਨ ਸਭਾ ਚੋਣਾਂ ਦੇ ਵਿੱਚ ਕੀ ਨਤੀਜੇ ਆਉਣਗੇ ਹੈ ਨਾ ਥੋੜਾ ਅੰਦਾਜ਼ਾ ਜਿਹਾ ਲੱਗ ਜਾਂਦਾ ਹੁੰਦਾ ਹੈ ਤੇ ਬਾਕੀ ਇਸ ਵਾਰ ਕਿੱਥੇ ਜੇ ਆਮ ਆਦਮੀ ਪਾਰਟੀ ਖੜੀ ਆ ਉਹਦੇ ਬਾਰੇ ਵਿੱਚ ਵੀ ਪਤਾ ਲੱਗ ਦੇਖੋ ਜੀ ਐਤਕੀ ਨੇ ਜਿਹੜੀਆਂ ਇਹ ਚੋਣਾਂ ਇਹ ਅਸਲ ਦੇ ਵਿੱਚ ਸੈਮੀ ਫਾਈਨਲ ਵਾਂਗ ਮੰਨਦਾ ਹਾਲਾਂਕਿ ਸਮਾਂ ਪਿਆ ਹਲੇ 3 ਸਾਲ ਤੋਂ ਮੇਰੇ ਖਿਆਲ ਵੀ ਨੇੜੇ-ਤੇੜੇ ਦਾ ਸਮਾਂ ਪਿਆ 2 ਸਾਲ ਕੇ ਸਵਾ 2 ਸਾਲ ਹੀ ਹੋਇਆ ਜੇ ਸਰਕਾਰ ਬਣੀ ਨੂੰ ਲਗਭਗ 3.5 3 ਸਾਲ ਪਏ ਆ ਪਰ ਹੁਣੇ ਤੋਂ ਪਤਾ ਲੱਗ ਜਾਣਾ ਜੀ ਕਿ ਕਿਹੜੀ ਪਾਰਟੀ ਸੈਕਦੀ ਹੈ ਤੇ ਕਿਹੜੀ ਟੈਕਦੀ ਹੈ ਤੇ ਕਿਹੜੀ ਮਹਿਕਦੀ ਹੈ ਤੇ ਕਿਹੜੀ ਚੱਕ ਚੱਕ ਕੇ ਗਈ ਆ ਕਿਉਂਕਿ ਮੈਨੂੰ ਲੱਗਦਾ ਵੀ ਜੇਕਰ ਆਮ ਆदमी ਪਾਰਟੀ ਨੂੰ ਇੱਥੇ ਜਦੋਂ ਪਹਿਲੀ ਵਾਰ 14 ਚ 14 ਲੜੀਆਂ ਇਹਨਾਂ ਨੇ ਉਦੋਂ 4 ਸੀਟਾਂ ਮਿਲੀਆਂ 19 ਚ ਮਿਲੀ 1 ਫਿਰ ਉਹ ਵੀ ਗਈ ਕਿਉਂਕਿ ਭਵੰਤਮਨ ਸਾਹਿਬ ਮੁੱਖ ਮੰਤਰੀ ਬਣ ਗਏ ਫਿਰ ਜਲੰਧਰ ਦੀ ਜ਼ਿਮਨੀ ਚੋਣ ਦੇ ਵਿੱਚ ਰਿੰਕੂ ਹੋਰੀ ਜਿੱਤ ਕੇ ਜਿਹੜੇ ਜਿਹੜੇ ਪੱჭ ਆਏ ਉਸੇ ਪੱჭ ਅਗੇ ਗਏ ਹੁਣ ਇਸ ਵੇਲੇ ਇਹਨਾਂ ਨੂੰ ਕੀ ਮਿਲਦਾ ਇਹ ਸਮਾਂ ਬਿਆਨ ਕਰੂਗਾ 13 ਦੇ 13 ਉਮੀਦਵਾਰ ਆਮ ਆदमी ਪਾਰਟੀ ਨੇ ਐਲਾਨ ਦਿੱਤੇ ਆ ਜੇ ਤਾਂ ਇਹਨਾਂ ਨੂੰ ਇਤਕੀ ਚੰਗੀਆਂ ਸੀਟਾਂ ਮਿਲ ਗਈਆਂ ਤਾਂ ਮਤਲਬ ਇਹਦਾ ਇਹ ਹੋਊਗਾ ਕਿ ਆਮ ਆदमी ਪਾਰਟੀ ਇਸ ਵੇਲੇ ਭਗਵੰਤ ਮਾਨ ਹੋਰਾਂ ਦੇ ਕਰਕੇ ਹੀ ਹੈ ਜੀ ਆਮ ਆਦਮੀ ਪਾਰਟੀ ਨੂੰ ਲੋਕ ਅਜ ਵੀ ਪਿਆਰ ਕਰਦੇ ਹਨ ਜੇਕਰ ਇਹਨਾਂ ਨੂੰ ਚੰਗੀਆਂ ਸੀਟਾਂ ਮਿਲੀਆਂ ਜੇ ਨਾ ਮਿਲੀਆਂ ਤਾਂ ਆਮ ਆਦਮੀ ਪਾਰਟੀ ਬਹੁਤ ਨੀਵੀ ਹੋ ਜਾਣੀ ਹੈ ਜੀ ਤੇ ਉਹਦੇ ਦੂਸਰੇ ਬੰਨੇ ਟਾਣਾ ਸਾਹਿਬ ਜੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਆਪਾਂ ਗੱਲ ਕਰੀਏ ਤਾਂ ਮੈਨੂੰ ਲੱਗਦਾ ਉਹਨਾਂ ਦੇ ਲਈ ਵੀ ਇਹ ਖਾਸ ਆ ਕਿਉਂਕਿ ਜੇ ਜੇਸ ਵੇਲੇ ਆਮ ਆਦਮੀ ਪਾਰਟੀ ਦੀ ਹਨੇਰੀ ਝੁੱਲ ਰਹੀ ਸੀ ਉਸ ਵੇਲੇ ਇੱਕੋ ਇੱਕ ਐਮਪੀ ਜਿਹੜੇ ਅੰਮ੍ਰਿਤਸਰ ਤੋਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸਿਮਰਨਜੀਤ ਸਿੰਘ ਮਾਨ ਹੋਰਾਂ ਨੂੰ ਲੋਕਾਂ ਨੇ ਪਿਆਰ ਦਿੱਤਾ ਹੈ ਨਾ ਤੇ ਉਸ ਤੋਂ ਬਾਅਦ ਉਹਨਾਂ ਦੇ ਪ੍ਰਤੀ ਲੋਕਾਂ ਦਾ ਨਜ਼ਰੀਆ ਉਹੀ ਹੈ ਕਿ ਬਦਲ ਗਿਆ ਕਿ ਵੱਧ ਗਿਆ ਇਹਦੇ ਬਾਰੇ ਚ ਵੀ ਇਹ ਨਤੀਜੇ ਸਾਫ ਕਰ ਨਹੀਂ ਤੇ ਸ਼੍ਰੋਮਣੀ ਅਕਾਲੀ ਦਲ ਐਤਕੀ ਲੰਮੇ ਸਮੇਂ ਬਾਅਦ ਬੀਜੇਪੀ ਤੋਂ ਅਡੋਹ ਕੇ ਚੋਣਾਂ ਲੜ ਰਿਹਾ ਜੀ ਉਹਨਾਂ ਨੂੰ ਵੀ ਪਤਾ ਲੱਗ ਜਾਣਾ ਵੀ ਭਾਈ ਪਿਛਲੀ ਵਾਰ 2019 ਚ ਸਾਡੇ 2 ਸੰਸਦ ਮੈਂਬਰ ਸੀ ਸੁਖਬੀਰ ਸਿੰਘ ਬਾਦਲ ਤੇ ਹਰਸਿਮਰਤਪੁਰ ਬਾਦਲ ਇੱਕ ਨੇ ਚੋਣ ਲੜਨ ਤੋਂ ਇਨਕਾਰ ਕਰਤਾ ਇੱਕ ਜਣੇ ਨੇ ਮੈਦਾਨ ਚ ਹੋਣਾ ਵੀ ਭਾਈ ਕਿੰਨੀਆਂ ਸੀਟਾਂ ਮਿਲਦੀਆਂ ਕੱਲੇ ਵੀ ਆਪਾਂ ਕੁਝ ਕਰ ਸਕਦੇ ਹਾਂ ਜਾਂ ਨਹੀਂ ਇਹ ਪਤਾ ਲੱਗ ਜਾਣਾ 227 ਦੀ ਤਸਵੀਰ ਸਾਫ਼ ਹੋਣੀ ਆ ਤੇ ਭਾਜਪਾ ਨੂੰ ਵੀ ਪਤਾ ਲੱਗ ਜਾਣਾ ਵੀ ਸਾਡਾ ਅਕਾਲੀ ਦਲ ਬਿਨਾ ਸਰਦਾਕ ਨਹੀਂ ਸਰਦਾ ਵੋਟ ਬੈਂਕ 'ਚ ਵਾਅਦਾ ਹੁੰਦਾ ਕਿ ਨਹੀਂ ਹੁੰਦਾ ਤੇ ਜਿਹੜੇ ਕਾਂਗਰਸੀ ਆ ਉਹ ਜਿਹੜੇ ਕਿ 18 ਸੀਟਾਂ ਦੇ ਉੱਤੇ ਸਬਰ ਕਰਕੇ ਬੈਠੇ ਤਾਂ ਬੇਰਾਮ ਵਾਂਗੂ ਕਰਕੇ ਪਰਲੇ ਪਾਸੇ ਚਲੇ ਗਏ ਕਈ ਇਹਨਾਂ ਦੇ ਔਰ ਆ ਵੀ ਪਤਾ ਲੱਗ ਜੂਗਾ ਵੀ ਭਾਈ ਉਹ ਜਿੱਥੇ ਗਏ ਆ ਉੱਥੇ ਫਿੱਟ ਬੈਂਦੇ ਕਿ ਨਹੀਂ ਬੈਂਦੇ ਜੀ ਤੇ ਆਮ ਆਦਮੀ ਪਾਰਟੀ ਨੂੰ ਟੱਕਰ ਦੇਣ ਦੇ ਕਾਬਿਲ ਕਾਂਗਰਸ ਹੈ ਕਿ ਨਹੀਂ 2027 ਤੱਕ ਸੋ ਇਸ ਚੋਣ ਨੇ ਇਨ੍ਹਾਂ ਚੋਣਾਂ ਨੇ ਪੰਜਾਬ ਦੀ 2027 ਦੀ ਤਸਵੀਰ ਸਾਫ਼ ਕਰਨੀ ਆ ਜੀ ਬਹੁਤ ਕੁਝ ਹੋਣਾ ਬਾਕੀ ਆ ਤੇ ਕਈ ਆਜ਼ਾਦਵੀ ਆਉਣਗੇ ਕਈ ਆਜ਼ਾਦ ਸੱਚੀ ਮੁੱਚੀ ਚੋਣਾਂ ਲੜਨਗੇ ਵੀ ਮੈਂ ਟੱਕਰ ਦੇਣੀ ਹੈ ਮੈਂ ਜਿੱਤਣਾ ਹੂੰ ਕਈ ਮੇਰੇ ਵਰਗੇ ਖੜਨਗੇ ਬਹਿਣ ਵਾਸਤੇ ਵੀ ਥੋੜਾ ਨਾਜਾਇਜ਼ ਹੋ ਜੇ ਉਹੀ ਤਾਂ ਆਜੋ ਬਾਜੋ ਮੈਂ ਕਦੋਂ ਦਾ ਥੱਕ ਗਿਆ ਤੇ ਕਿਸੇ ਨੂੰ ਇਹ ਹੋਗਾ ਵੀ ਭਾਈ ਦੋ ਗੰਨ ਮੈਨ ਮਿਲੇ ਆ ਨਿਆਰਾ ਹੀ ਲੁੱਟ ਲੈਣੇ ਹੋਰ ਨਹੀਂ ਤਾਂ ਸਹੀ ਗੱਲ ਕਿਸੇ ਨੂੰ ਇਹ ਹੋਗਾ ਵੀ ਚਲੋ ਕੋਈ ਗੱਲ ਯਾਰ ਨਾਮਜ਼ਦਗੀ ਦਾਖਲ ਕਰਤੀ ਆ ਇਧਰਲੇ ਪਾਸੇ ਆਦੀ ਫੋਟੋ ਇਧਰ ਵਿਚਾਲੇ ਮੇਰੇ ਵਰਗੇ ਦੀ ਹੂੰ ਛਾ ਗਿਆ ਆ ਗਿਆ ਪਾਉ ਵਕਤ ਪਾਉ ਦੰਦਲਾ ਗਦੀ ਗੜਪਾਤੇ ਸਾਰੇ ਉਮੀਦਵਾਰ ਉਹ ਵੈਸੇ ਫਿਕਰਾਂ 'ਚ ਪਏ ਰਹਿਣਗੇ ਇਹ ਮਾਰੂ ਸਾਨੂੰ ਉਹ ਵੀ ਹਾਜ਼ਰੇ ਚੰਚੀ ਦਾ ਵਿਚਾਰ ਹਰਮਨ ਜੀ ਜਦੋਂ ਕੋਈ ਉਮੀਦਵਾਰ ਨਾਮਜ਼ਦੀ ਕਾਗਜ਼ ਦਾਖਲ ਕਰਨ ਜਾਂਦਾ ਹੱਸਦੇ ਕਿਉਂ ਆ ਸਹੀ ਉਹ ਜਦੋਂ ਦਾਖਲ ਕਰ ਜਾਂਦਾ ਆਪਣੇ ਕਾਗਜ਼ ਉਦੋਂ ਉਹ ਕਿੰਨੇ ਪੈਸੇ ਉਹਨੂੰ ਆਪਣੀ ਜ਼ਮਾਨਤ ਦੀ ਰਾਸ਼ੀ ਕਿੰਨੀ ਜਮ੍ਹਾਂ ਕਰਵਾਉਣੀ ਪੈਂਦੀ ਹੈ ਮੇਲਾ ਚਾ ਵੀ 25000 ਰੁਪਏ ਹੁੰਦਾ ਬੜੀ ਠੀਕ ਜਾਣਕਾਰੀ ਤੁਹਾਡੀ ਸ਼ੁਕਰੀਆ ਤੁਸੀਂ ਪੜਦੇ ਵੀ ਹੋ ਜਾਣਦੀ ਵੀ ਆ ਸਾਰੀ ਹੀ ਪੜਿਆ ਕਰੋ ਮੇਰੇ ਭੈਣਾਂ ਵੀ ਜੀ ਕਿਤਾਬਾਂ ਪੜ੍ਹਦੀਆਂ ਬਹੁਤ ਜ਼ਰੂਰੀ ਹਨ ਅਖਬਾਰ ਪੜ੍ਹਨੇ ਬਹੁਤ ਜ਼ਰੂਰੀ ਹਨ ਕੱਲਾ ਸੋਸ਼ਲ ਮੀਡੀਆ ਦੇ ਉੱਤੇ ਜਿਹੜਾ ਗਿਆਨ ਤੈਰਦਾ ਉਹ ਵੀ ਚਲੋ ਮਹੱਤਵਪੂਰਨ ਆ ਪਰ ਇਹਦੇ ਨਾਲ ਨਾਲ ਪੰਜਾਬ ਦਾ ਇਤਿਹਾਸ ਪੰਜਾਬ ਦਾ ਸੱਭਿਆਚਾਰ ਪੰਜਾਬ ਦਾ ਅਤੀਤ ਦੇਸ਼ ਦੀ ਰਾਜਨੀਤੀ ਦੁਨੀਆ ਦੀ ਰਾਜਨੀਤੀ ਦੁਨੀਆ ਦੇ ਸੱਭਿਆਚਾਰਾਂ ਬਾਰੇ ਆਪਾਂ ਨੂੰ ਜਾਣਕਾਰੀ ਹੋਣੀ ਚਾਹੀਦੀ ਹੈ ਜੀ ਇਹ ਤਾਂ ਗੱਲ ਫਿਰ ਉਹੀ ਆ ਜਾਂਦੀ ਆ ਪੜਿਆ ਪੁੱਤ ਪੜਾਖਦਾ ਤੇ 16 ਦੁਣੀ 8 ਐ ਨਹੀਂ ਕਰਨਾ ਫਿਰ ਅੜੀ ਜਾਵਾਂਗੇ ਤੈਨੂੰ ਸਵਾ ਪਤਾ 16 ਦੁਣੀ 8 ਹੀ ਹੁੰਦੇ ਆ ਐ ਨਹੀਂ ਹੁੰਦਾ 16 ਦੁਣੀ 8 ਹਾਂ ਜਦ ਪੜਿਆ ਪੁੱਤ ਪੜਾਖਦਾ ਤੇ 16.28 ਹਾਂ ਵੀ ਐਦਾਂ ਦਾ ਹੀ ਪੜਿਆ ਉਹ ਹਾਂ ਇਸ ਕਰਕੇ ਪੜਿਆ ਕਰਕੇ ਹਾਂ ਤੱਥ ਹੋਣੇ ਚਾਹੀਦੇ ਆ ਬਿਲਕੁਲ ਕੱਲਾ ਜਨੂਨ ਨਹੀਂ ਕੋਈ ਐ ਕਰਕੇ ਮੈਂ ਤਾਂ ਫਸ ਗਿਆ ਮੈਂ ਤਾਂ ਅੜ ਜਾਣਾ ਹੁਣਾ ਅੜ ਜਾਣਾ ਹੁਣਾ ਠੀਕ ਆ ਪਰ ਕਿਤਨੇ ਕਿਤੇ ਗੱਲ ਮਨ ਵੀ ਲਈਦੀ ਹੁੰਦੀ ਕਿਸੇ ਦੀ ਹੋ ਗਈ ਸਿੱਧੀ ਗੱਲ ਹਾਂਜੀ ਆਪਾਂ ਗੱਲ ਕਰ ਰਹੇ ਸੀ ਜਿਹੜੀ ਉਹ ਜ਼ਮਾਨਤੀ ਰਾਸ਼ੀ ਹੁੰਦੀ ਹੈ ਜੀ ਭੋਪਾਲ ਦੇ ਵਿੱਚ ਇੱਕ ਉਮੀਦਵਾਰ ਜੀ ਕਾਗਜ਼ ਦਾਖਲ ਕਰਨ ਗਿਆ ਤੇ ਬੋਰਾ ਭਰਿਆ ਨੋਟਾਂ ਦਾ ਭਾਂ ਦਾ ਕਹਿਣ ਦਾ ਪਾਪ ਮੈਂ ਵੀ ਕਹੇ ਨੋਟਾਂ ਦਾ ਬੋਰਾ ਗੱਲ ਪੂਰੀ ਸੁਣਿਆ ਕਰੋ ਨੋਟਕਸਾਲ ਦੇ ਵਿੱਚ ਛਪੇ ਆ ਜੀ ਉਹ ਵੀ ਭਾਰਤ ਦੀ ਸਰਕਾਰ ਦੇ ਵੱਲੋਂ ਛਾਪੇ ਗਏ ਸਿੱਕੇ ਆ ਜੀ ਇੱਕ ਇੱਕ ਦੇ ਦੋ ਦੋ ਦੇ ਪੰਜ ਪੰਜ ਦੇ 10 10 ਦੇ ਸਿੱਕਿਆਂ ਦਾ ਬੋਰਾ ਭਰ ਕੇ ਲੈ ਗਿਆ ਕਹਿੰਦਾ ਆਪਿਆ 25000 ਰੁਪਏ ਗਿਣ ਲਓ ਲਓ ਜੀ ਅਧਿਕਾਰੀ ਗਣ ਰਹਿ ਚਵਾਂ ਨੀਆਂ ਅਠੀਆਂ ਨੀਆਂ ਆ ਵੀ ਇੱਕ ਇੱਕ ਹੋ ਗਿਆ ਤਿੰਨ ਹੋ ਗਏ 12 ਹੋ ਗਏ 18 ਹੋ ਗਏ ਨਹੀਂ ਆਪਣੇ ਵਾਲਿਆਂ ਨੂੰ ਹੱਤ ਹੁੰਦੀਆਂ ਜਣਾ ਸਾਹਿਬ ਉਹ ਇਦਾਂ ਉਹ ਢੇਰੀਆਂ ਜੀਆਂ ਲਾ ਲਾ ਕੇ ਨਾ ਵੀ ਪਹਿਲਾਂ 1-1 ਰੁਪਏ ਦੇ ਜਿਹੜੇ ਸਿੱਕੇ ਆ ਉਹ 10 ਇੱਥੇ 10 10 10 ਕਰਕੇ ਢੇਰੀਆਂ ਲਾ ਲੈਣੀਆਂ ਹਨਾ 5-5 ਵਾਲੇ ਜਿਹੜੇ ਆ ਉਹ ਇਦਾਂ 50 ਕਰ ਕਰ 50 50 ਦੇ ਜਿਹੜੇ ਮਤਲਬ ਕੈਲ ਹੋ ਗਏ ਵੀ 10 ਜਿਹੜੇ 5 ਦੇ ਸਿੱਕੇ ਆ ਉਹ ਇਦਾਂ ਇਦਾਂ ਢੇਰੀਆਂ ਲਾ ਲੀਆਂ ਫਿਰ ਗਿਣਨੇ ਸੌਖਿਆ 1 2 3 4 ਦਾ ਢੇਰੀਆਂ ਗਿਣ ਲਓ ਹਨਾ ਤੇ ਉਹ ਵੀ ਵਿਚਾਰੇ ਇਸੇ ਕੰਮ ਲੱਗੇ ਹੋਏ ਸੀ ਨੇ ਬਾਈ 25000 ਰੁਪਏ ਉਹਨਾਂ ਨੇ ਗਿਣਿਆ 25000 ਦੇ ਸਿੱਕੇ ਗਿਣੇ ਉਹਨਾਂ ਨੇ ਹੂੰ ਤੇ ਫਿਰ ਉਹਦੇ ਕਾਗਜ਼ ਪੱਤਰ ਦੀ ਪ੍ਰਕਿਰਿਆ ਤਾਂ ਖਤਮ ਹੋ ਗਈ ਆ ਵੀ ਮੁਕੰ ਤੁਸੀਂ ਦੇਖੋ ਗੱਲ ਇਹ ਆ ਵੀ ਉਹਨੇ ਹਾਰਨਾ ਜਿਤਨਾ ਮੈਨੂੰ ਨਹੀਂ ਪਤਾ ਇਹ ਰਵਾਰੇ ਪਰ ਯਾਰ ਬੰਦੇ ਦੇ ਅੰਦਰ ਜਜ਼ਬਾ ਤਾਂ ਹੈ ਨਾ ਹੂੰ ਜਿਹੜੇ ਬੰਦੇ ਇਸ ਮੌਕੇ ਦੇ ਉੱਤੇ ਲੜਦੇ ਆ ਜਾਂ ਖੜਦੇ ਆ ਸਾਰੇ ਥੋੜੀ ਜਿਤਨੇ ਹੁੰਦੇ ਆ ਇਸ ਮੌਕੇ ਦੇ ਉੱਤੇ ਖੜਨ ਦੀ ਵੀ ਕੀਮਤ ਹੁੰਦੀ ਆ ਦੇਖੋ ਭਾਗ ਲੈਣਾ ਮਹੱਤਵਪੂਰਨ ਆ ਚਾਹੇ ਕੋਈ ਖੇਡ ਹੋਵੇ ਕੋਈ ਵੀ ਮੈਦਾਨ ਆ ਕੋਈ ਵੀ ਭਾਗ ਲੈਣਾ ਮਹੱਤਵਪੂਰਨ ਆ ਜਿਤ ਹਾਰ ਬਣੀ ਹੋਈ ਆ ਟਾਣਾ ਸਭ ਹੁਣ ਜੇ ਇੰਨੇ ਉਮੀਦਵਾਰ ਨੇ ਆਪਾਂ ਪਹਿਲਾਂ ਵੀ ਇੱਕ ਦਿਨ ਅੰਕੜਾ ਸਾਂਝਾ ਕੀਤਾ ਸੀ ਵੀ 200 ਤੋਂ ਵੱਧ ਵੀ ਉਮੀਦਵਾਰ ਰਹੇ ਨੇ ਹਨਾ ਪਰ ਚੋਣ ਤਾਂ ਤੇਰਾ ਹੀ ਹੋਣੀ ਆ ਹਣਾ ਸੋ ਇਸ ਲਈ ਇਹ ਭਾਗ ਕਿੰਨਿਆਂ ਨੇ ਲਿਆ ਤੇ ਕਿਹਨੇ ਵਾਕਈ ਜਜ਼ਬੇ ਨਾਲ ਭਾਗ ਲਿਆ ਤੇ ਕਿਹਨੇ ਐਵੇਂ ਝੂਠੀ-ਮੁੱਠੀ ਲਾ ਲਿਆ ਸਭ ਕੁਝ ਸਾਫ਼ ਹੋ ਜਾਣਾ ਮੈਂ ਨਾ ਸਾਡੇ ਸਕੂਲ ਦੇ ਵਿੱਚ ਖੇਡਾਂ ਹੁੰਦੀਆਂ ਸੀ ਤੇ ਉਦੋਂ ਭਾਜ-ਭਜਾਈ ਦੇ ਵਿੱਚ ਮੈਂ ਵੀ ਹਿੱਸਾ ਲੈ ਲੈਂਦਾ ਸੀ ਮੈਂ ਵੈਸੇ ਦੂਜੇ ਨੰਬਰ ਤੇ ਜਾਂ ਤੀਜੇ ਨੰਬਰ ਤੇ ਰਹਿੰਦਾ ਸੀ ਐਵੇਂ ਕਾਹਤੋਂ ਪਾੜੀ ਮਾਰਨੀ ਇੱਥੇ ਤੇ ਮੈਨੂੰ ਇੱਕ ਬੰਦੇ ਨੇ ਕਿਹਾ ਕਿ ਨਾ ਯਾਰ ਤੂੰ ਤਾਂ ਦੂਜੇ ਨੰਬਰ ਤੇ ਹੋਣਾ ਹੁੰਨਾ ਅੱਛਾ ਪਹਿਲੇ ਤਾਂ ਤਾਇਆ ਨਹੀਂ ਤੇ ਮੇਰੇ ਚਿੱਤ ਕਰਦਾ ਉਹ ਤਾਂ ਚਲੋ ਮੈਂ ਨਿਆਣਾ ਸੀ ਸੰਗ ਦਾ ਬਹੁਤ ਸੀ ਕਿਤੇ ਮੈਨੂੰ ਹੁਣ ਕਵੇ ਆ ਮੈਂ ਕਹਿੰਦਾ ਮੇਰੇ ਵਾਲੇ ਬੂਟ ਤੂੰ ਪਾਲ ਤੇਰੇ ਇਠਾ ਜਾ ਦਾਦਾ ਸਾਹਿਬ ਪਹਿਲੇ ਤੋਂ ਵੀ ਪਹਿਲੇ ਤੇ ਆ ਜਾ ਨਹੀਂ ਜਿਹਨੇ ਤੁਹਾਨੂੰ ਉਦੋਂ ਕਿਹਾ ਸੀ ਉਹ ਆਪ ਕਿੰਨੇਵੇਂ ਨੰਬਰ ਤੇ ਆਉਂਦਾ ਸੀ ਆਪ ਤਾਂ ਰਹੀ ਦਿੰਦਾ ਸੀ ਜੇ ਤੁਸੀਂ ਇੰਉ ਭਜੋ ਨਾ ਬੂਟ ਬਦਲ ਲਓ ਥੋੜਾ ਜਿਹਾ ਧਿਆਨ ਲਾਇਆ ਕਰੋ ਐਵੇਂ ਮੈਨੂੰ ਕਈ ਲਿਛੋਲੇ ਚਰਿਆ ਕਰ ਮੈਂ ਕੋੜਾ ਕੱਲ ਨੂੰ ਕੋ ਗੇ ਹਣ ਕਿਆ ਕਰ ਕੋਈ ਸਾਹਬ ਲੈ ਛੋਲੇ ਖਾਊਂਗੇ 5 ਕਿਲੋ ਖਾਜ ਕਰ ਹਰ ਪਰ ਐਸੇ ਛੋਲੇ ਖਾਣੇ ਜੇ ਇਤਨੀ ਚੰਗੇ ਹੁੰਦੇ ਆ ਚੰਗੇ ਹੁੰਦੇ ਹਿਸਾਬ ਨਾਲ ਹੁੰਦੇ ਆ ਭੁੱਖੇ ਲਈ ਤਾਂ ਛੋਲੇ ਵੀ ਬਦਾਮ ਕਹਿੰਦੇ ਹਾਂ ਕੋਈ ਗੱਲਬਾਤ ਹੁੰਦੀ ਆ ਐਵੇਂ ਹੀ ਬਸ ਛੋਲੇ ਚੱਬੀ ਜਾਓ ਸੱਤ ਰੋਟੀਆਂ ਖਾ ਕੇ ਬਾਅਦ ਛੋਲੇ ਖਾਜੋ ਅੰਦਰ ਕਰ ਲੋ ਮਤਲਬ ਕਹਿ ਰਿਹਾ ਤਾਂ ਫੇਰ ਪਿਛੇ ਤੋਂ ਪਰੇ ਹੋ ਗਿਆ ਹਾਂ ਉਹ ਬਾਫੀ ਚਾਹਨੇ ਉਹ ਕਿਹਾ ਵੀ ਭਾਈ ਬੰਦੇ ਨੇ ਜਜ਼ਬੇ ਦੇ ਨਾਲ ਹਿੱਸਾ ਲੈਣਾ ਹੂੰ ਤੇ ਹੁਣ ਸਾਨੂੰ ਕਈ ਭੈਣਾ ਵੀਰ ਕਹਣਗੇ ਵੀ ਇਹ ਜ਼ਮਾਨਤਰਾਸ਼ੀ ਕਿਵੇਂ ਹੁੰਦੀ ਆ ਹੂੰ ਇਸ ਜ਼ਮਾਨਤ ਜ਼ਬਤ ਕਿਉਂ ਹੁੰਦੀ ਆ ਹੁਣ ਇੱਕੇ ਬੜਾ ਵੱਡਾ ਸਵਾਲ ਆ ਤੁਸੀਂ ਵੀ ਗੌਰ ਨਾਲ ਸੁਣਿਓ ਜਿੰਨੀ ਕੁੱਲ ਵੋਟ ਪਈ ਹੁੰਦੀ ਆ ਕਿਸੇ ਹਲਕੇ ਦੇ ਵਿੱਚ ਮਨ ਲੋ ਕਿਸੇ ਹਲਕੇ ਦੇ ਵਿੱਚ 60000 ਵੋਟ ਪੈ ਗਈ ਹੂੰ ਉਹ ਕੁੱਲ ਪਈਆਂ ਵੋਟਾਂ ਦਾ 6ਵਾਂ ਹਿੱਸਾ ਜਿਹਨੂੰ ਮਿਲ ਜੇ ਪੂਰੀ ਜ਼ਮਾਨਤ ਬਚਦੀ ਆ ਜੇ ਜਿਹਨੂੰ ਛੇਵੇਂ ਹਿੱਸੇ ਤੋਂ ਵੀ ਘੱਟ ਵੋਟਾਂ ਪਈਆਂ ਹੋਣ ਉਹ ਪੈਸੇ ਜਿਹੜੇ ਜਮ੍ਹਾਂ ਕਰਵਾਏ ਆ 25000 ਜਾਂ ਜਿੰਨੀ ਵੀ ਰਾਸ਼ੀ ਆ ਉਹ ਜ਼ਬਤ ਹੋ ਜਾਂਦੀ ਆ ਮਨ ਲੋ ਕੇ 60000 ਵੋਟ ਤੁਹਾਡੇ ਹਲਕੇ ਦੇ ਵਿੱਚ ਪੋਲ ਹੋਈ ਆ ਤਾਂ ਤੁਹਾਨੂੰ 10000 ਵੋਟ ਲੈਣੀ ਜ਼ਰੂਰੀ ਆ ਜੇਕਰ ਤੁਸੀਂ ਜ਼ਮਾਨਤ ਬਚਾਉਣੀ ਆ ਤਾਂ ਜੇਕਰ ਉਹ ਰਾਸ਼ੀ ਵਾਪਸ ਲੈਣੀ ਆ ਤਾਂ ਨੇ ਤਾਂ ਔਣੇ ਰੀਆਂ ਜਾਣੇ ਰਗਾ ਹਾਂ ਤੇ ਹੁਣ ਇਹ ਨਾ ਹੋਵੇ ਵੀ ਆ ਖਬਰ ਸੁਣ ਕੇ ਵੀ ਇਸ ਇਹ ਖਬਰ ਬਣੀ ਆ ਉਸ ਬੰਦੇ ਦਾ ਨਾ ਆਇਆ ਚਰਚਾ ਚ ਤੇ ਸਾਰੇ ਉੱਤੇ 25000 ਜਿਹੜਾ ਆ ਉਹ ਟਣਾ ਸਭ ਸਿੱਕੇ ਲੈ ਕੇ ਤੇਰਾ ਕੋਈ 50 50 ਪੈਸੇ ਵਾਲਾ ਲੈ ਜਾ ਤੇ ਕੋਈ 1 1 ਰੁਪਈਆ ਵਾਲਾ ਹੋਣਗੇ ਇੰਨੇ ਕੁ ਹਾਂ ਵੀ ਹੁਣ ਸਾਰੇ ਨਾ ਇਸ ਵਾਲੇ ਪਾਸੇ ਰੂਤ ਪਰਣ ਵੀ ਆਪਾਂ ਵੀ ਬੋਰਾ ਭਰ ਲੈਣੇ ਆ ਬਿਲਕੁਲ ਸਹੀ ਆ ਦੀ ਹਾਜ਼ਰ ਚੰਚੀ ਦਾ ਵੀ ਚਾ ਪ੍ਰਾਇਮੇਸ਼ਾ ਟੀਵੀ ਤੇ ਵਕਫਤਬਾਦ ਇੱਕ ਵਾਰ ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਚਾਹੀਦਾ ਵਿਚਾਰ ਵੇਖ ਰਹੇ ਹੋ ਤੁਸੀਂ ਮੈਂ ਹਰਮਨ ਥਿੰਦ ਮੇਰੇ ਨਾਲ ਨੇ ਸਵਰਨ ਸਿੰਘ ਟੈਣਾ ਤੇ ਹੁਣ ਅਗਲੀ ਖਬਰਾਂ ਵੱਲ ਵਧੀਏ ਟੈਣਾ ਸਾਹਿਬ ਬਿਲਕੁਲ ਹਰਮਨ ਜੀ ਬਿਲਕੁਲ ਮੇਰੀ ਤਨੇ ਇੱਕ ਬੇਨਤੀ ਆ ਸਾਡੇ ਪੰਜਾਬ ਦੇ ਸੂਝਵਾਨ ਭੈਣਾ ਵੀਰਾਂ ਨੂੰ ਜਿਹੜੇ ਕਿ ਭੋਲੇ ਨਹੀਂ ਮੇਰੀ ਬੇਨਤੀ ਆ ਵੀ ਤੁਸੀਂ ਇਹ ਵੀ ਮੁੱਦਾ ਚੁੱਕੋ ਕਿ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਆਵਾਰਾ ਕੁੱਤਿਆਂ ਦੀ ਪ੍ਰਮਾਹਤ ਕਿੰਨੀ ਆ ਤੇ ਅਸੀਂ ਕੁੱਤਿਆਂ ਦਾ ਮੀਟ ਨਹੀਂ ਸਾਨੂੰ ਵੋਟਰ ਹੀ ਸਮਝਿਆ ਜਾਵੇ ਤੁਸੀਂ ਲਿਖ ਕੇ ਲਾ ਦਿਓ ਓਏ ਸਾਰੀਆਂ ਸਿਆਸੀ ਪਾਰਟੀਆਂ ਦੇ ਆਗੂਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਅਸੀਂ ਕੁੱਤਿਆਂ ਦੀ ਖੁਰਾਕ ਨਹੀਂ ਅਸੀਂ ਮੀਟ ਨਹੀਂ ਹਾਂ ਅਸੀਂ ਮਨੁੱਖ ਹਾਂ ਸਾਡੀਆਂ ਚਲਦੀਆਂ ਹੋਈਆਂ ਨਬਜ਼ਾਂ ਹੀ ਤੁਹਾਨੂੰ ਵੋਟਾਂ ਪਵਾ ਸਕਦੀਆਂ ਨੇ ਕਿਰਪਾ ਕਰਕੇ ਸਾਡੇ ਪਿੰਡ ਦੇ ਵਿੱਚੋਂ ਸਾਡੇ ਨਗਰ ਖੇੜੇ ਦੇ ਵਿੱਚੋਂ ਅਵਾਰਾ ਕੁੱਤਿਆਂ ਦੀ ਸਮੱਸਿਆ ਨੂੰ ਖਤਮ ਕੀਤਾ ਜਾਵੇ ਤਾਂ ਜੋ ਅਸੀਂ ਜਿਉਂਦੇ ਰਹਿ ਸਕੀਏ ਤੇ ਜੇਕਰ ਤੁਸੀਂ ਸਾਨੂੰ ਮਰਿਆ ਹੋਏ ਹੀ ਦੇਖਣਾ ਚਾਹੁੰਦੇ ਹੋ ਤੇ ਫਿਰ ਖਸਮਾਂ ਨੂੰ ਖਾਓ ਵੋਟਾਂ ਕਿਹੜੀ ਕਿਲੋ ਮੰਗਣਾ ਆਉਂਦੇ ਹੋ ਲਖਦੋ ਮੰਨ ਲਓ ਵੀ ਅਸੀਂ ਹੁਣੇ ਹੀ ਮਰ ਗਏ ਆਂ ਹਾਂ ਵੋਟਾਂ ਮੰਗਣ ਨਾਲ ਹਾਂ ਪਰ ਗੱਲ ਇਹ ਟਾਣਾ ਸਾਹਿਬ ਇਹ ਗੱਲ ਤੁਸੀਂ ਜਿਹੜੀ ਛੇੜੀ ਹੈ ਨਾ ਮੇਰੇ ਦੋ ਵੀਡੀਓਜ਼ ਚਿੱਤੇ ਆ ਗਈਆਂ ਜਿਹੜੀਆਂ ਮੈਂ ਸੋਸ਼ਲ ਮੀਡੀਆ ਦੇ ਉੱਪਰ ਦੇਖਿਆ ਸੀ ਇੱਕ ਤਾਂ ਸੀ ਕੱਲੇਵਾਰਾ ਕੁੱਤਿਆਂ ਦੀ ਸਮੱਸਿਆ ਨਹੀਂ ਆਵਾਰਾ ਪਸ਼ੂਆਂ ਦੀ ਵੀ ਬਹੁਤ ਵੱਡੀ ਸਮੱਸਿਆ ਹੈ ਇਸ ਵੇਲੇ ਔਰ ਪੂਰੇ ਭਾਰਤ ਦੇ ਵਿੱਚ ਆ ਇਸੇ ਖਾਸ ਇੱਕ ਹਿੱਸੇ 'ਚ ਨਹੀਂ ਪੂਰੇ ਭਾਰਤ ਦੇ ਵਿੱਚ ਔਰ ਮੈਂ ਉੱਥੇ ਦੇਖਿਆ ਕਿ ਦੋ ਆਵਾਰਾ ਪਸ਼ੂ ਆਪਸ ਦੇ ਵਿੱਚ ਭੜਪੇ ਹਨਾ ਉਹ ਲੜ ਰਹੇ ਆ ਬਹੁਤ ਗੁੱਸੇ ਦੇ ਵਿੱਚ ਆ ਤੇ ਟਾਣਾ ਸਾਹਿਬ ਲੋਕਾਂ ਦੇ ਮੋਟਰਸਾਈਕਲ ਸਕੂਟਰ ਖੜੇ ਨੇ ਸੜਕ 'ਤੇ ਆਹੋ ਵੀਡੀਓ ਹਨਾ ਤੇ ਉਹਦੇ ਵਿੱਚ ਉਹ ਇੱਕ ਪਸ਼ੂ ਦੂਜੇ ਨੂੰ ਸੰਘਾਤ ਚੁੱਕ ਕੇ ਛੁੱਟੀ ਜਾਂਦਾ ਦੂਜਾ ਪਸ਼ੂ ਦੇ ਨਾਲ ਤੇ ਇਹਦੇ ਵਿੱਚ ਕਿੰਨੀਆਂ ਹੀ ਗੱਡੀਆਂ ਕਿੰਨੇ ਹੀ ਮੋਟਰਸਾਈਕਲ ਸਕੂਟਰ ਭੱਜ ਗਏ ਵੀ ਭੰਨੇ ਗਏ ਉਹਨਾਂ ਦੇ ਵੱਲੋਂ ਹਨਾ ਕਿੰਨਿਆਂ ਦਾ ਨੁਕਸਾਨ ਹੋ ਗਿਆ ਤੁਸੀਂ ਦੱਸੋ ਵੀ ਉਸ ਨੁਕਸਾਨ ਦਾ ਕੌਣ ਜ਼ਿੰਮੇਵਾਰ ਹੈ ਬੇਜ਼ੁਬਾਨ ਤਾਂ ਨਹੀਂ ਤੇ ਦੂਜੀ ਦੂਜੀ ਵੀਡੀਓ ਸੁਣੋ ਉਹ ਵੇਖ ਕੇ ਤਾਂ ਮੈਨੂੰ ਨਾ ਗੁੱਸਾ ਵੀ ਬਹੁਤ ਆਇਆ ਤੇ ਮੈਨੂੰ ਸਮਝ ਨਹੀਂ ਆਈ ਮੈਂ ਇਹੋ ਜਿਹੇ ਲੋਕਾਂ ਨੂੰ ਕੀ ਕਵਾਂ ਉਹ ਵੀਡੀਓ ਆ ਵੀ ਇੱਕ ਨਾ ਜਿਹੜੀ ਆਵਾਰਾ ਕੁੱਤੇ ਫੜਨ ਵਾਲੀ ਉਹ ਗੱਡੀ ਨਹੀਂ ਹੁੰਦੀ ਜਿਹਦੇ ਵਿੱਚ ਉਹ ਭਰ ਕੇ ਸਾਰੇ ਕੁੱਤਿਆਂ ਨੂੰ ਤੇ ਗੱਡੀ ਲੈ ਜਾਂਦੀ ਆ ਹਨਾ ਉਹਦੇ ਵਿੱਚ ਉਹ ਕੁੱਤੇ ਤਾੜੇ ਹੋਏ ਨੇ ਹਨਾ ਤੇ ਇੰਨੇ ਨੂੰ ਉਹ ਗੱਡੀ ਇੱਕ ਥਾਂ ਦੇ ਉੱਪਰ ਥੋੜੀ ਜਿਹੀ ਹੌਲੀ ਹੁੰਦੀ ਆ ਉਹਦੀ ਰਫ਼ਤਾਰ ਉਹ ਸੜਕ ਤੇ ਜਾ ਰਹੀ ਆ ਗੱਡੀ ਪਿੱਛੋਂ ਇੱਕ ਮੋਟਰਸਾਈਕਲ ਸਵਾਰ ਆ ਰਿਹਾ ਤੇ ਉਹ ਤੁਰਿਆ ਜਾਂਦਾ ਉਸ ਗੱਡੀ ਦਾ ਪਿੱਛੇ ਦਰਵਾਜ਼ਾ ਖੋਲ ਦਿੰਦਾ ਹੂੰ ਤੇ ਉਹ ਕੁੱਤੇ ਛਾਲਾ ਮਾਰ ਜਾਂਦੇ ਆ ਚੱਲਦੀ ਗੱਡੀ ਠੀਕ ਹੈ ਤੇ ਮੈਨੂੰ ਇਹ ਨਹੀਂ ਸਮਝ ਆਈ ਕਈ ਲੋਕ ਉਹਨੂੰ ਲਿਖ ਰਹੇ ਬਹੁਤ ਵਧੀਆ ਬਹੁਤ ਖੂਬ ਦੇਖੋ ਕਿੰਨਾ ਵੱਡਾ ਵਾਰੀਅਰ ਆ ਇਹ ਹੈ ਉਹ ਹੈ ਜੋ ਵੀ ਉਹਦੇ ਬਾਰੇ ਹੈ ਨਾ ਮੈਨੂੰ ਇਹ ਨਹੀਂ ਸਮਝ ਆਈ ਵੀ ਇੱਕ ਤਾਂ ਚੱਲਦੀ ਹੋਈ ਸੜਕ ਦੇ ਉੱਪਰ ਹੈਨਾ ਵੀ ਚੱਲਦੀ ਗੱਡੀ ਦੇ ਵਿੱਚੋਂ ਤੂੰ ਦਰਵਾਜ਼ਾ ਖੋਲ ਕੇ ਕੁੱਤੇ ਬਾਹਰ ਇਦਾਂ ਨਿਕਲਣ ਲੱਗ ਗਏ ਆ ਵੀ ਪਿੱਛੋਂ ਜਿਹੜੀ ਕੋਈ ਗੱਡੀ ਆਉਂਦੀ ਹੋਊਗੀ ਕਿ ਉਹ ਵਿੱਚ ਨਹੀਂ ਵੱਜੂਗੀ ਕਿ ਉਹਦਾ ਨੁਕਸਾਨ ਨਹੀਂ ਹੋਊਗਾ ਕਿ ਕਿਸੇ ਦੀ ਜਾਨ ਨਹੀਂ ਜਾ ਸਕਦੀ ਸਭ ਕੁਝ ਕਰਕੇ ਹੈਨਾ ਤੇ ਦੂਸਰੀ ਗੱਲ ਵੀ ਜੇ ਵਾਰਾ ਕੁੱਤੇ ਤੁਸੀਂ ਛੱਡ ਦਿੱਤੇ ਆ ਇਦਾਂ ਤੇ ਲੋਕਾਂ ਦੀ ਸਮੱਸਿਆ ਤਾਂ ਜਿਉਂ ਦੀ ਥਿਉਂ ਉੱਦਾਂ ਹੀ ਖੜੀ ਆ ਵੀ ਇੰਨੇ ਹੀ ਚਾਹਤੇ ਆਪਦੇ ਘਰੇ ਲੈ ਜਾਓ ਬਿਲਕੁਲ ਜੀ ਅਸੀਂ ਇਹ ਨਹੀਂ ਕਹਿੰਦੇ ਵੀ ਬੇਜ਼ੁਬਾਨ ਦੀ ਕਦਰ ਨਾ ਕਰੋ ਹਮ ਬਿਲਕੁਲ ਕਰਨੀ ਚਾਹੀਦੀ ਆ ਪਰ ਜਿਹਨੂੰ ਇਹ ਲੱਗਦਾ ਵੀ ਭਾਈ ਨਸਬੰਦੀ ਗਲਤ ਆ ਜਿਹਨੂੰ ਇਹ ਲੱਗਦਾ ਵੀ ਭਾਈ ਕੁੱਤਿਆਂ ਆਪ ਕਿਤੇ ਹੋਰ ਰਹਨ ਲੋ ਆਪਦੇ ਘਰ ਦੇ ਵਿੱਚ 2 4000 ਕੁੱਤਾ ਤਾੜ ਲਓ ਬਹੁਤ ਸਾਰੇ ਲੋਕ ਇਹੋ ਜਿਹੇ ਹੈਗੇ ਨੇ ਟਾਣਾ ਸਾਹਿਬ ਜਿਹੜੇ ਕਿ ਆਵਾਰਾ ਕੁੱਤਿਆਂ ਦੇ ਨਾਲ ਪਿਆਰ ਕਰਦੇ ਨੇ ਤੇ ਉਹਨਾਂ ਨੂੰ ਆਪਦੇ ਘਰੇ ਰੱਖਦੇ ਨੇ ਪਰ ਜਿਹੜੀ ਇਹ ਖਬਰ ਆਈ ਹੈ ਇਹ ਹਿਮਾਚਲ ਪ੍ਰਦੇਸ਼ ਦੀ ਬੜੀ ਮਹੱਤਵਪੂਰਨ ਹਿਮਾਚਲ ਪ੍ਰਦੇਸ਼ ਦੇ ਵਿੱਚ ਉੱਥੋਂ ਦੇ ਮੁੱਖ ਮੰਤਰੀ ਸਾਹਿਬ ਸੁਖੂ ਹੋਰੀ ਹਾਂ ਜੀ ਸੁਖਵਿੰਦਰ ਸੁਖੂ ਹੋਰੀ ਪ੍ਰੈਸ ਕਾਨਫਰੰਸ ਕਰ ਰਹੇ ਆ ਉਹਦੇ ਵਿੱਚ ਕੁੱਤਾ ਆ ਗਿਆ ਕੁੱਤਾ ਆ ਗਿਆ ਤੇ ਜਿਹੜੇ ਮਾਈਕ ਹੁੰਦੇ ਪੱਤਰਕਾਰਾਂ ਦੇ ਉਹਨਾਂ ਦੇ ਮੂਰੇ ਖ ਕਰਨ ਲੱਗ ਗਿਆ ਅੱਛਾ ਜੀ ਉਹਨਾਂ ਨੇ ਬਥੇਰੇ ਹੈ ਜੇ ਕਿਦਾਂ ਖਰ ਕਰ ਕਰ ਅੱਛਾ ਜੀ ਲੋ ਜੀ ਉਸ ਤੋਂ ਬਾਅਦ ਕੁੱਤੇ ਦੇ ਪਾਤੇ ਖਿਲਾਰੇ ਹੂੰ ਜਿਹੜਾ ਉਹਨੂੰ ਰੋਕੇ ਕੁੱਤਾ ਉਹਨੂੰ ਪੈਜੇ ਹਾਂ ਜਿਹੜਾ ਕੁੱਤੋਂ ਨੂੰ ਪੈਜੇ ਕਾਫੀ ਧੀਰ ਉਹ ਪ੍ਰੈਸ ਕਾਨਫਰੰਸ ਰੁਕੀ ਰਹੀ ਆ ਫਿਰ ਜਿਵੇਂ ਕਿਵੇਂ ਕੁੱਤੇ ਨੂੰ ਕਾਬੂ ਕਰਕੇ ਤੇ ਗੁਸਲਖਾਨੇ ਦੇ ਵਿੱਚ ਬੰਦ ਕੀਤਾ ਤੇ ਫਿਰ ਪ੍ਰੈਸ ਕਾਨਫਰੰਸ ਚੱਲੀ ਕਦੇ ਸੀਐਮ ਸਾਹਿਬ ਇਸ ਗੱਲ ਦੇ ਉੱਤੇ ਕਾਫੀ ਨਰਾਜ਼ ਤੇ ਨਿਰਾਸ਼ ਹੋਏ ਆ ਤੇ ਉਹ ਕੁੱਤਾ ਇੱਕ ਮੰਤਰੀ ਦਾ ਹੀ ਆ ਉਹ ਕੁੱਤਾ ਇੱਕ ਮੰਤਰੀ ਦੇ ਕੁੱਤੇ ਨੂੰ ਕਰਦੇ ਬਾਲਾ ਪਿਆਰ ਉਹ ਇੰਨਾ ਚਾਂਬਲਿਆ ਭੱਜ ਕੇ ਗੱਡੀ 'ਚ ਵੜ ਜਾਂਦਾ ਮੰਤਰੀ ਸਾਹਿਬ ਮਗਰੋਂ ਪੈਂਦੇ ਆ ਉਹ ਭੱਜ ਕੇ ਵਿੱਚ ਵੜ ਜਾਂਦਾ ਨਾਲ ਹੀ ਆ ਗਿਆ ਤੇ ਉਹ ਕਹਿੰਦਾ ਮੈਂ ਵੀ ਹਿੱਸਾ ਲੈਣਾ ਵਿੱਚ ਕੀ ਪਤਾ ਪੁੱਛਣ ਆਇਆ ਹੋਵੇ ਮੰਗਾ ਪੂਰੀਆ ਕਰੋਗੇ ਕੋਈ ਸਮੱਸਿਆ ਦਾ ਹੱਲ ਕਰੋਗੇ ਨਹੀਂ ਤੇ ਜੇ ਉਹ ਨਿਰਾਸ਼ ਹੋਏ ਨੇ ਚਲੋ ਇਹ ਤਾਂ ਮੰਤਰੀ ਸਾਹਿਬ ਦਾ ਕੁੱਤਾ ਸੀ ਪਤਾ ਲੱਗ ਗਿਆ ਜੇ ਉਹ ਨਿਰਾਸ਼ ਹੋਏ ਨੇ ਪਰੇਸ਼ਾਨ ਹੋਏ ਨੇ ਤਾਂ ਇਹ ਸੋਚਣ ਕਿ ਆਮ ਲੋਕ ਹਰ ਰੋਜ਼ ਕਿੰਨਾ ਨਿਰਾਸ਼ ਤੇ ਪਰੇਸ਼ਾਨ ਹੁੰਦੇ ਨੇ ਇਹਨੂੰ ਸਾਂਝਾ ਕਰਨ ਦਾ ਖਬਰ ਨੂੰ ਮਕਸਦ ਹੀ ਇਹ ਆ ਵੀ ਪੰਜਾਬ ਦੇ ਵਿੱਚ ਵੀ ਐਈਆਂ ਕਿ ਆਪਾਂ ਉਦੋਂ ਮੰਨਣਾ ਕਿ ਜਦੋਂ ਪ੍ਰੈਸ ਕਾਨਫਰੈਂਸ ਆ ਗਿਆ ਹੂੰ ਉਹ ਵੀ ਹਜ਼ਰ ਹੈ ਜੱਜ ਦਾ ਵੀ ਚਾਹ ਹਰਮਨ ਜੀ ਜੇ ਕਿਸੇ ਬੰਦੇ ਦਾ ਝੂਠ ਫੜਨਾ ਹੋਵੇ ਤਾਂ ਉਹਦੇ ਲਈ ਕੀ ਕੀ ਕਰਨਾ ਚਾਹੀਦਾ ਹੁਣ ਤੱਕ ਲਾਈਡ ਡਿਟੈਕਟਰ ਟੈਸਟ ਆ ਗਏ ਆ ਹੂੰ ਮੈਂ ਸਹੀ ਕਹਿ ਰਿਹਾ ਲਾਈਡ ਡਿਟੈਕਟਰ ਟੈਸਟ ਯਾ ਝੂਠ ਸੱਚ ਪਛਾਣਨ ਵਾਲਾ ਟੈਸਟ ਹੂੰ ਕਹਿੰਦੇ ਵੀ ਉਹਦੇ ਚ ਬੰਦਾ ਸੱਚ ਬੋਲਦਾ ਫਿਰ ਪਤਾ ਲੱਗ ਜਾਂਦਾ ਵੀ ਪਾਈਆ ਗੱਲਾਂ ਕਿਵੇਂ ਕਰਦਾ ਹੂੰ ਉਹਦੇ ਚ ਬੰਦਾ ਨਹੀਂ ਸੱਚ ਬੋਲਦਾ ਧੜਕਣ ਧੁੜਕਣ ਕਿਵੇਂ ਵੱਧਦੀ ਆ ਕਿਉਂਕਿ ਜਦੋਂ ਬੰਦਾ ਝੂਠ ਬੋਲਦਾ ਹੈ ਨਾ ਤਾਂ ਕਹਿੰਦੇ ਆ ਵੀ ਉਹਦਾ ਜਿਹੜਾ ਬਲੱਡ ਪ੍ਰੈਸ਼ਰ ਆ ਜਿਹੜੀ ਉਹਦੀ ਧੜਕਣ ਨਾ ਹਨਾ ਉਹਦੇ ਚ ਕੋਈ ਹਲਚਲ ਵੱਧ ਹੁੰਦੀ ਹੈ ਜਿਸ ਤੇ ਤੋਂ ਫੜਿਆ ਜਾਂਦਾ ਵੀ ਇਹ ਝੂਠ ਬੋਲ ਰਿਹਾ ਪਰ ਵਸ਼ਿੰਗਟਨ ਦੀ ਇੱਕ ਯੂਨੀਵਰਸਿਟੀ ਨੇ ਹੁਣ ਖੋਜ ਕੀਤੀ ਆ ਹੂੰ ਉਹ ਕਹਿੰਦੇ ਵੀ ਜਿਹੜੀਆਂ ਧਾਰਨਾ ਬਣੀਆਂ ਹੁੰਦੀਆਂ ਨਾ ਵੀ ਜਿਹੜਾ ਝੂਠਾ ਬੰਦਾ ਉਹ ਅੱਖ ਚ ਅੱਖ ਪਾ ਕੇ ਗੱਲ ਨਹੀਂ ਕਰ ਸਕਦਾ ਹੂੰ ਉਹਦੇ ਬੋਲ ਥੜਕਦੇ ਰਹਿੰਦੇ ਹਨ ਕਹਿੰਦੇ ਵੀ ਇਹ ਸਾਰੀਆਂ ਗੱਲਾਂ ਬਦਲ ਗਈਆਂ ਕਨੇ ਝੂਠ ਬੋਲਣ ਵਾਲੇ ਵੀ ਹੁਣ ਬੜੇ ਤਿੱਖੇ ਹੋ ਗਏ ਆ ਹੁਣ ਉਹ ਅੱਖ ਚ ਅੱਖ ਪਾ ਕੇ ਹੀ ਗੱਲ ਕਰਦੇ ਸਭ ਤੋਂ ਪਹਿਲਾਂ ਉਹ ਵੀ ਪੂਰੇ ਬਹਿਸ ਚ ਆਉਂਦੇ ਆ ਹਾਂ ਬੋਲ ਨਹੀਂ ਥੜਕਣ ਦਿੰਦੇ ਜੀ ਤੁਹਾਨੂੰ ਜਿਚਾ ਕੇ ਜਾਣ ਕੇ ਗੱਲ ਵੀ ਇੰਹੀਂ ਹੋਈ ਆ ਤੇ ਗੱਲ ਓਵੇਂ ਹੋਈ ਨਹੀਂ ਹੁੰਦੀ ਹੁਣ ਅਗਲਾ ਸਵਾਲ ਇਹ ਵੀ ਭਾਈ ਵਸ਼ਿੰਟਨ ਯੂਨੀਵਰਸਿਟੀ ਕੀ ਕਹਿੰਦੀ ਆ ਵੀ ਭਾਈ ਫੜੀਏ ਕਿਵੇਂ ਝੂਠਾ ਉਹ ਕਹਿੰਦੇ ਵੀ ਉਹ ਬੰਦਾ ਲੰਮੀਆਂ ਗੱਲਾਂ ਕਰੂਗਾ ਜ਼ਿਆਦਾ ਬੋਲੂਗਾ ਜ਼ਿਆਦਾ ਬੋਲੂਗਾ ਦੁਬਾਰਾ ਫਿਰ ਉਹੀ ਗੱਲ ਕਰੂਗਾ ਉਹਦੀਆਂ ਗੱਲਾਂ ਦੇ ਵਿੱਚ ਲਟਕਾ ਹੋਊਗਾ ਉਹ ਤੁਹਾਨੂੰ ਆਪਣੀ ਗੱਲ ਜਿਚਾਉਣ ਦੇ ਲਈ ਵੱਧ ਜ਼ੋਰ ਲਾਊਗਾ ਰੈਪੀਟਿਸ਼ਨ ਅਗੇਨ ਐਂਡ ਅਗੇਨ ਕਰੂਗਾ ਵੈਰੀ ਗੁੱਡ ਨਾਲ ਬਣਦੀ ਹੈ ਗੁੱਡ ਗੋਇੰਗ ਵਿਸ਼ਿੰਗਟਨ ਯੂਨੀਵਰਸਿਟੀ ਦੀ ਖਬਰ ਆ ਐਵੇਂ ਥੋੜੀ ਪਟਨਾ ਸਾਹਿਬ ਮੈਂ 100 200 ਹਜ਼ਾਰ ਫੀਸ ਦੀ ਹਾਂ ਇਸ ਗੱਲ ਨਾਲ ਸਹਿਮਤ ਹਾਂ ਮਿਹਰਬਾਨੀ ਜਿਹੜੀ ਇਹਦੇ ਵਿੱਚ ਇੱਕ ਹੋਰ ਗੱਲ ਲਿਖੀ ਆ ਉਹ ਕਹਿੰਦੇ ਵੀ ਇਹਨਾਂ ਬੰਦਿਆਂ ਦੀਆਂ ਅੱਖਾਂ ਨੂੰ ਨਾ ਵੇਖੋ ਵੀ ਇਹ ਝਪਕਦਾ ਨਹੀਂਗਾ ਜਾਂ ਚਬਕਦਾ ਬਹੁਤਾ ਇਹਦੇ ਬੋਲ ਆਏ ਆ ਉਹ ਪੂਰੇ ਕੌਨਫੀਡੈਂਸ ਦੇ ਵਿੱਚ ਆਉਣਗੇ ਪਰ ਉਹ ਤੱਤ ਤੋਂ ਸਖਣੀ ਗੱਲ ਕਰਨਗੇ ਉਹ ਜ਼ਿੱਦ ਕਰਨਗੇ ਉਹਨਾਂ ਦੇ ਸ਼ਬਦਾਂ ਦੇ ਵਿੱਚ ਜ਼ਿੱਦ ਹੋਵੇਗਾ ਕਹਿਣਗੇ ਕਹਿਣਗੇ ਉਹ ਤੁਹਾਨੂੰ ਚਬ ਚਬ ਕੇ ਗੱਲਾਂ ਕਰਨਗੇ ਉਹਨਾਂ ਦੀ ਗੱਲ ਦੇ ਵਿੱਚ ਨਹੀਂ ਲਟਕਣ ਉਹ ਸਟੈਂਡ ਜੇ ਰੱਖਣਗੇ ਉਹ ਇਉਂ ਜੇ ਹੋਊਗਾ ਵੀ ਇੱਥੇ ਗੱਲ ਹੋਰ ਕਰਤੀ ਤੁਸੀਂ ਉਹਨੂੰ ਕੋਈ ਦੁਬਾਰਾ ਉਹੀ ਗੱਲ ਸੁਣਾ ਉਹਨੇ ਵਿਸ਼ਾ ਵਸਤੂ ਬਦਲ ਦੇਣਾ ਕਿਉਂਕਿ ਉਹਦੀ ਕਿਹੜਾ ਗੱਲ ਸੱਚੀ ਆ ਉਹਨੇ ਵਿੱਚ ਕੋਈ ਨਾ ਕੋਈ ਝੋਲ ਮਾਰਦੀ ਗੱਲ ਕਰ ਜਾਣੀ ਹੈ ਬਿਲਕੁਲ ਸਹੀ ਹੈ ਟਾਣਾ ਸਾਹਿਬ ਮੈਂ ਬਹੁਤ سارے ਲੋਕਾਂ ਨੂੰ ਇਹ ਜਾਨੂ ਦੇਖਿਆ ਕਿ ਉਹ ਮਤਲਬ ਉਹਨਾ ਸਭ ਤੋਂ ਪਹਿਲਾਂ ਤਾਂ ਹਥਿਆਰ ਹੁੰਦਾ ਜੀ ਰੋਣਾ ਹੂੰ ਮਨ ਹੰਜ ਤਾਂ ਇੱਥੇ ਟਿਕੇ ਹੋਇਆ ਨਾ ਵੀ ਝੂਠ ਬੋਲਣ ਲੱਗਿਆਂ ਵੀ ਉਹ ਨਾਲ ਹੀ ਪਰਲ 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 ਵਗਣ ਲੱਗ ਜਾਂਦੇ ਆ ਉਦੋਂ ਬਾਅਦ ਇੰਨੀ ਲਮਕਾ ਲਮਕਾ ਕੇ ਵੀ ਅਗਲਾ ਭਾਵੇਂ ਉਕਤ ਆ ਜਾਏ ਤੁਹਾਡੀ ਗੱਲ ਸੁਣ ਸੁਣ ਕੇ ਪਰ ਲਮਕਾ ਲਮਕਾ ਕੇ ਗੱਲ ਕਰੀ ਜਾਣੀ ਕਰੀ ਜਾਣੀ ਜੀ ਤੇ ਉਸ ਤੋਂ ਬਾਅਦ ਸਭ ਤੋਂ ਬਾਅਦ ਉਹ ਰੱਬ ਦੀ ਗੱਲ ਕਰਨਗੇ ਰੱਬ ਨੂੰ ਜਾਨ ਦੇਣੀ ਹੈ ਰੱਬ ਜਿਹੜਾ ਸਾਹਜਰ ਨਾਜ਼ਰ ਹੈ ਰੱਬ ਸਾਰਾ ਕੁਝ ਜਾਣਦਾ ਹੈ ਸਾਰਾ ਕੁਝ ਪਰਮਾਤਮਾ ਵੇਖ ਰਿਹਾ ਹੈ ਪਰਮਾਤਮਾ ਨੇ ਸਾਰਾ ਇਨਸਾਫ ਕਰਨਾ ਹੈ ਉਹ ਸਭ ਤੋਂ ਵੱਧ ਇਹੋ ਜੀਆਂ ਗੱਲਾਂ ਕਰਨੇ ਪਰਮਾਤਮਾ ਦੀ ਸਭ ਤੋਂ ਵੱਧ ਦੁਰਵਰਤੋਂ ਚ ਉਠਾ ਬੰਦਾ ਕਰੂਗਾ ਬਿਲਕੁਲ ਸਹੀ ਗੱਲ ਹੈ ਤੇ ਇਹ ਇਹੋ ਜੇ ਬੰਦਿਆਂ ਤੋਂ ਬਚਣ ਦੀ ਲੋੜ ਹੁੰਦੀ ਹੈ ਪਰ ਕੋਈ ਝੂਠਾ ਹੈ ਸੱਚਾ ਸਮਾਂ ਨਿਤਾਰਾ ਕਰ ਦਿੰਦਾ ਤੁਸੀਂ ਜਿੰਨਾ ਮਰਜ਼ੀਏ ਸੋਚਦੇ ਹੋਵੋ ਵੀ ਤੁਸੀਂ ਇੱਕ ਚੰਗੇ ਬੁਲਾ ਰਹੇ ਹੋ ਤੁਸੀਂ ਝੂਠ ਬੋਲ ਬੋਲ ਕੇ ਵੀ ਕਿਸੇ ਦੇ ਦਿਲ 'ਚ ਥਾਂ ਬਣਾ ਲਓਗੇ ਤੁਸੀਂ ਜਿਹੜੀ ਸੱਚੀ ਗੱਲ ਹੈ ਉਹਨੂੰ ਝੂਠੀ ਬਣਾ ਦੋਗੇ ਝੂਠੀ ਨੂੰ ਸੱਚੀ ਬਣਾ ਦੋਗੇ ਸਮਾਂ ਨਤਾਰਾ ਕਰ ਦਿੰਦਾ ਅੱਜ ਨਹੀਂ ਤਾਂ ਕੱਲ ਸੱਚ ਸਾਹਮਣੇ ਆਉਂਦਾ ਜਿਹੜੀਆਂ ਗੱਲਾਂ ਦਾ ਕੋਈ ਅਰਥ ਨਹੀਂ ਹੁੰਦਾ ਨੱਪੀ ਤਰੀਆਂ ਦਾ ਕਿੱਲੀ ਵੀ ਮੈਂ ਹੀ ਸੱਚਾ ਮੈਂ ਹੀ ਸੱਚਾ ਮੈਂ ਹੀ ਸੱਚਾ ਐ ਕਰੀ ਜਾਣਾ ਉਹ ਤੁਹਾਡੇ ਤੇ 2-3 ਵਾਰ ਤਾਂ ਸ਼ਾਪ ਜੀ ਛੱਡਦਾ ਪਰ ਤੀਜੀ ਚੌਥੀ ਮੁਲਾਕਾਤ ਦੇ ਵਿੱਚ ਪੰਜਵੀਂ ਮੁਲਾਕਾਤ ਦੇ ਵਿੱਚੋਂ ਲੀਰਾਂ ਵਾਲੀ ਖਿੱਦੋ ਬਾਹਰ ਆ ਜਾਂਦੀ ਹੈ ਵੀ ਇਹ ਹੈਗੀ ਲੀਰਾਂ ਵਾਲੀ ਖਿੱਦੋ ਹੀ ਹੈ ਐਡੀ ਵੱਡੀ ਗੱਲ ਹੈ ਨਹੀਂ ਕਿਉਂਕਿ ਇਹਦੇ ਕੋਲ ਤਾਂ ਮੈਟਰ ਉਹਨਾ ਕੀ ਆ ਹੂੰ ਇਹਨੇ ਗੱਲ ਉੱਥੇ ਹੀ ਘੁਮਾ ਕੇ ਫੇਰ ਲਿਆਉਣੀ ਆ ਉੱਥੇ ਹੀ ਘੁਮਾ ਕੇ ਫੇਰ ਲਿਆਉਣੀ ਆ ਮੈਨੂੰ ਮੇਰਾ ਇੱਕ ਮਿੱਤਰ ਕਹਿੰਦਾ ਯਾਰ ਫਲਾਣਾ ਬੰਦਾ ਨਾ ਜਿਹੜਾ ਨਪੌੜੀ ਜਾ ਕਹਿੰਦਾ ਵੀ ਉਹ ਪਤਾ ਨਹੀਂ ਰੱਬ ਨੂੰ ਕੋਈ ਮੰਨਦਾ ਕਿ ਨਹੀਂ ਮੈਂ ਕਿਹਾ ਹੁਣ ਤਾਂ ਰੱਬ ਉਹਨੂੰ ਮੰਨੀ ਬੈਠਾ ਕਹਿੰਦਾ ਪਤਾ ਨਹੀਂ ਕਿਤੇ ਇਹੜਾ ਕਿਸੇ ਡੇਰੇ ਡੂਰੇ ਤੇ ਜਾਂਦਾ ਕਿ ਨਹੀਂ ਮਨਤਾ ਹੀ ਨਹੀਂ ਲੱਗਦਾ ਹਾਂ ਵੀ ਕਿਸੇ ਨਾਲ ਕੋਈ ਲਗਾ ਹੋਵੇ ਮੈਂ ਕਿਹਾ ਡੇਰੇ ਵਾਲੇ ਬਨ ਗਏ ਨੇ ਬਿਲਕੁਲ ਸਹੀ ਹੈ ਉਹਨਾਂ ਕੋਲ ਉਧਾਰਨਾ ਬੜੀਆਂ ਹੁੰਦੀਆਂ ਡਾਣਾ ਸਾਹਿਬ ਮੈਂ ਵੇਖਿਆ ਜਿਹੜੇ ਗਪੌੜੀ ਜੇ ਝੂਠੇ ਬੰਦੇ ਹੁੰਦੇ ਉਧਾਰਨਾ ਬੜੀਆਂ ਹੁੰਦੀਆਂ ਉਹਨਾਂ ਇੱਕ ਵਾਰੀ ਇਦਾਂ ਹੋਇਆ ਸੀ ਉਹਨਾਂ ਫੇਰ ਦੂਜੀ ਵਾਰੀ ਇਦਾਂ ਹੋ ਗਿਆ ਸੀ ਮਤਲਬ ਇੰਨੀਆਂ ਉਧਾਰਨਾ ਤੁਸੀਂ ਇੰਨੇ ਵਿਹਲੇ ਹੋ ਹਮ ਹੱਦ ਹੀ ਹੋਈ ਪਈ ਐ ਸਟੂਪੜ ਗਏ ਹਾਏ ਵਾਹ ਵੀ ਹਜ਼ਰਾ ਚੰਚੀ ਦਾ ਮੀਚਾ ਹਰਮਨ ਜੀ ਉਹੀ ਖਬਰਾਂ ਉਹੀ ਵੇਲਾ ਫੇਰ ਆ ਗਿਆ ਤੇ ਸਾਨੂੰ ਇਹ ਖਬਰਾਂ ਸਾਂਝੀਆਂ ਕਰਨ ਦਾ ਮੌਕਾ ਨਾ ਮਿਲੇ ਕਿਉਂਕਿ ਇਹ ਖਬਰਾਂ ਅਸੀਂ ਚਾਹ ਦੇ ਨਾਲ ਸਾਂਝੀਆਂ ਨਹੀਂ ਕਰਦੇ ਇਹ ਪੈਣਾ ਵੀਰਾਂ ਨੂੰ ਇੱਕ ਬੇਨਤੀ ਆ ਦੇਖੋ ਕੁਦਰਤ ਦੀ ਕਰੋਪੀ ਤਾਂ ਕਿਤੇ ਵੀ ਹੋ ਜਾਂਦੀ ਹੈ ਪਰ ਸਾਡੇ ਹੱਥੋਂ ਗਲਤੀ ਨਹੀਂ ਹੋਣੀ ਚਾਹੀਦੀ ਸਹੀ ਤਾਰ ਨਾਲ ਤਾਰ ਖਿੰਡੀਏ ਚੰਗਿਆੜੀ ਵਿੱਚੋਂ ਨਿਕਲਦੀ ਹੈ ਫਸਲ ਬਰਬਾਦ ਹੋ ਜਾਂਦੀ ਹੈ ਇਹਦੇ ਲਈ ਤਾਂ ਮਹਿਕਮੇ ਨੂੰ ਸੋਚਣਾ ਚਾਹੀਦਾ ਦੀ ਪਾਈ ਤਾਰਾਂ ਦੇ ਵਿੱਚ ਅਸੀਂ ਖਿੱਚ ਕਿਵੇਂ ਪੈਦਾ ਕਰਨੀ ਆ ਤਾਰਾਂ ਦੇ ਵਿੱਚ ਵਿਥ ਕਿਵੇਂ ਪੈਦਾ ਕਰਨੀ ਆ ਪਰ ਕੁਝ ਕਿ ਸਾਡੇ ਹਿੱਸੇ ਆਉਂਦੇ ਫਰਜ਼ ਵੀ ਆ ਵੀ ਅਸੀਂ ਨਾੜ ਨੂੰ ਅੱਗ ਨਾ ਲਾਗੇ ਜੋ ਕਿ ਅਸੀਂ ਲਾਵਾਂਗੇ ਆਉਂਦੇ ਦਿਨਾਂ ਦੇ ਵਿੱਚ ਬਹੁਤ ਮਾੜੀ ਗੱਲ ਹੋਊਗੀ ਫਿਰ ਅਸੀਂ ਆਪ ਤਾਂ ਅੱਛਾ ਜੱਥ ਦੇ ਕੇ ਪਰਲੇ ਪਾਸੇ ਨੂੰ ਹੋ ਜਾਣਾ ਤੇ ਇਦਾਂ ਹੀ ਫਸਲ ਬਰਬਾਦ ਹੁੰਦੀ ਆ ਤੇ ਉਹਦਾ ਵਿਚਾਰੇ ਦਾ ਕਸੂਰ ਕੀ ਆ ਪੰਛੀ ਮਰ ਜਾਂਦੇ ਕਸੂਰ ਕੀ ਆ ਦਰਖਤ ਮੱਚ ਜਾਂਦੇ ਕਸੂਰ ਕੀ ਆ ਐਦਾਂ ਦਾ ਇਤਕੀ ਵਰਤਾਰਾ ਨਾ ਹੋਵੇ ਆ ਸੰਗਰੂਰ ਦੇ ਵਾਲੇ ਝੌਰ ਮਾਜਰਾ ਪਿੰਡ ਇੱਥੇ 14 ਏਕੜ ਕਣਕ ਖੜੀ ਹੋਈ ਸਵਾ ਬਣਗੀ ਤੇ 3 ਏਕੜ ਨਾੜਾ ਜਿਹੜੀ ਉਹ ਸੜ ਕੇ ਸੁਆਹ ਹੋ ਗਈ ਆ ਤੇ ਇਹ ਤਾਰਾਂ ਸਪਾਰਕ ਹੋਈਆਂ ਤਾਰਾਂ ਦੇ ਵਿੱਚੋਂ ਚੰਗਿਆੜੀ ਨਿਕਲੀ ਆ ਤੇ ਫਸਲ ਧੂ ਧੂ ਕਰਕੇ ਬਲ ਗਈ ਆ ਬਹੁਤ ਦੁੱਖ ਹੋਇਆ ਪਿੰਡ ਵਾਲਿਆਂ ਨੇ ਆਲੇ ਦੁਆਲੇ ਦੇ ਲੋਕਾਂ ਨੇ ਬੜੀ ਮੁਸ਼ਕਲ ਦੇ ਨਾਲ ਅੱਗੇ ਉੱਤੇ ਕਾਬੂ ਪਾਇਆ ਭਾਈ ਉਹ ਵੇਲਾ ਆ ਗਿਆ ਇਸ ਕਰਕੇ ਆਪਦੇ ਖੇਤਾਂ ਦੇ ਵਿੱਚ ਪਾਣੀ ਦਾ ਪ੍ਰਬੰਧ ਕਰਕੇ ਰੱਖੀਏ ਜਿੱਥੇ ਟਰਾਂਸਫਾਰਮਰ ਆ ਉਹਦੇ ਆਲੇ ਦੁਆਲੇ 5-7 ਮਰਲੇ ਪਹਿਲਾਂ ਕਣਕ ਵੜਨ ਲੱਗੇ ਸੋ ਲੋੜ ਇਸ ਗੱਲ ਦੀ ਆ ਜੀ ਟਾਣਾ ਸਾਹਿਬ ਇੱਕ ਦਿਨ ਇੱਕ ਫੋਨ ਆਇਆ ਸੀ ਮੈਨੂੰ ਹਾਲਾਂਕਿ ਪਤਾ ਨਹੀਂ ਵੀ ਵਾਕੀ ਵਿਭਾਗ ਦੇ ਵੱਲੋਂ ਇਹ ਫੋਨ ਆਉਂਦਾ ਹੈ ਜਾਂ ਕਿਵੇਂ ਆ ਮੈਨੂੰ ਨਹੀਂ ਪਤਾ ਪਰ ਉਹਦੇ ਵਿੱਚ ਇਹ ਕੰਪਿਊਟਰ ਇਹ ਗੱਲ ਕਹਿ ਰਿਹਾ ਸੀ ਕਿ ਜੇਕਰ ਤੁਸੀਂ ਕਿਤੇ ਵੀ ਤਾਰ ਢਿੱਲੀ ਵੇਖਦੇ ਹੋ ਜਾਂ ਤੁਹਾਨੂੰ ਲੱਗਦਾ ਵੀ ਇਹਦਾ ਨੁਕਸਾਨ ਹੋ ਸਕਦਾ ਹੈ ਖੇਤਾਂ ਦੇ ਵਿੱਚ ਤਾਂ ਤੁਸੀਂ ਉਹਦੀ ਤਸਵੀਰ ਖਿੱਚ ਕੇ ਉੱਤੇ ਨੰਬਰ ਦੱਸਿਆ ਹੋਇਆ ਸੀ ਵੀ ਇਸ ਨੰਬਰ ਦੇ ਉੱਪਰ ਭੇਜ ਦਿਓ ਵਿਭਾਗ ਜਿਹੜਾ ਉਹ ਕਾਰਵਾਈ ਕਰੂਗਾ ਤੇ ਜੇਕਰ ਵਾਕਈ ਤੁਸੀਂ ਐ ਕਿਤੇ ਵੇਖਦੇ ਹੋ ਤਾਂ ਮਿਲਣਾ ਦਾ ਹਰ ਇੱਕ ਬੰਦੇ ਨੂੰ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ ਦੂਸਰਾ ਜੇਕਰ ਇਹ ਸ਼ਿਕਾਇਤਾਂ ਵਿਭਾਗ ਕੋਲ ਪਹੁੰਚ ਰਹੀਆਂ ਨੇ ਤਾਂ ਵਿਭਾਗ ਨੂੰ ਵੀ ਤੇਜ਼ੀ ਦੇ ਨਾਲ ਮੁਸਤੈਦੀ ਦੇ ਨਾਲ ਕੰਮ ਕਰਨਾ ਚਾ ਇਹ ਇਹ ਜਿਹੜਾ ਵੇਲਾ ਹੈ ਨਾ ਇਹ ਹਰ ਸਾਲ ਇਨਾ ਮਹੀਨਿਆਂ ਚ ਅਸੀਂ ਇਹੋ ਜਿਹੀਆਂ ਹੀ ਖਬਰਾਂ ਸੁਣਦੇ ਆਂ ਪੜ੍ਹਦੇ ਆਂ ਹਨਾ ਸੋ ਥੋੜਾ ਜਿਹਾ ਵਿਚਾਰੀਏ ਆਪਾਂ ਥੋੜਾ ਜਿਹਾ ਆਪਾਂ ਸੋਚੀਏ ਔਰ ਜਿਹੜਾ ਇਹ ਨੁਕਸਾਨ ਹੋਇਆ ਟਾਣਾ ਸਾਹਿਬ ਪਤਾ ਨਹੀਂ ਕਿੰਨੇ ਸੁਪਨੇ ਸੜ ਕੇ ਸੁਆਹ ਹੋ ਗਏ ਮਜ਼ਦੂਰ ਨੇ ਮਜ਼ਦੂਰਾਂ ਦਾ ਬਹੁਤ ਵੱਡਾ ਨੁਕਸਾਨ ਹੋਇਆ ਜੀ ਇਹ ਸਧਾਰਨ ਪਰਿਵਾਰ ਨੇ ਕਰਜ਼ੇ ਦੇ ਵਿੱਚ ਲਿਪਤ ਪੂਰੀ ਤਰ੍ਹਾਂ ਸੁਪਨੇ ਸੜ ਗਏ ਜੀ ਪਰ ਇਦਾਂ ਦੀ ਹੋਰ ਕੋਈ ਘਟਨਾ ਨਾ ਵਾਪਰੇ ਅਸੀਂ ਦੀ ਕਾਮਨਾ ਕਰਦੇ ਆਂ ਤੇ ਬਾਕੀ ਹੁਣ ਚੱਲੀਏ ਆਪਾਂ ਟਾਣਾ ਸਾਹਿਬ ਸਾਡੇ ਜਾਣਦਾ ਹੋ ਗਿਆ ਜੇ ਵੇਲਾ ਆਪਣੀ ਪ੍ਰਤੀਕਿਰਿਆ ਜ਼ਰੂਰ ਸਾਡੇ ਤੇ ਪਹੁੰਚਾਓ ਦੋ ਮੰਦੇ ਇਜਾਜ਼ਤ ਫਿਰ ਮਿਲਾਂਗੇ ਸਤਿ ਸ਼੍ਰੀ ਅਕਾਲ ਤੁਸੀਂ ਵੇਖਦੇ ਰਹੋ ਪ੍ਰਾਈਮ ਅਸ਼ੀਆ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ